ਜਸ ਟੀਵੀ ਦੇਖ ਰਹੇ ਹੋ ਤੁਸੀਂ, ਮੈਂ ਕੇ ਪੀ ਸਿੰਘ ਤੁਹਾਡਾ ਸਵਾਗਤ ਕਰਦਾ। ਪੰਚਾਇਤ ਪਿੰਡਾਂ ਦੀ ਸਰਕਾਰ ਜਿਹਦਾ ਜ਼ਿਕਰ ਸ਼ਾਇਦ ਸਾਡੇ ਮੀਡੀਆ ਦੇ ਹਿੱਸੇ ਵਿੱਚ ਘੱਟ ਹੁੰਦਾ, ਕਿਉਂਕਿ ਇਸ ਲਈ ਜ਼ਿਕਰ ਘੱਟ ਹੁੰਦਾ ਕਿਉਂਕਿ ਇਸ ਵਿੱਚ ਵੱਡੇ ਸਿਆਸੀ ਆਗੂ ਨਹੀਂ ਦੇਖਦੇ ਗੇ, ਪਰ ਵੱਡੇ ਸਿਆਸੀ ਆਗੂ ਇਹਨਾਂ ਛੋਟੀਆਂ ਚੋਣਾਂ ਵਿੱਚ ਆਪਣੀ ਹਰ ਚਾਲ ਦਾ ਇਸਤੇਮਾਲ ਕਰਦੇ ਆ, ਕਿਉਂਕਿ ਇਹਨਾਂ ਛੋਟੀਆਂ ਚੋਣਾਂ 'ਚੋਂ ਹੀ ਵੱਡੀਆਂ ਚੀਜ਼ਾਂ ਨਿਕਲਦੀਆਂ ਹੈ, ਕਿਉਂਕਿ ਸਰਪੰਚੀ ਲੜ ਕੇ ਕਈ ਮੁੱਖ ਮੰਤਰੀ ਬਣ ਗਏ, ਕਈ ਪ੍ਰਧਾਨ ਮੰਤਰੀ ਬਣ ਗਏ। ਬਹੁਤ ਸਾਰੇ ਸਵਾਲ ਹੈ ਇਸ ਸਰਪੰਚੀ ਦੀਆਂ ਚੋਣਾਂ ਵਿੱਚ, ਪੰਚੀ ਦੀਆਂ ਚੋਣਾਂ ਵਿੱਚ। ਸਾਡਾ ਸਵਾਲ ਇੱਕੋ ਹੀ ਹੋਏਗਾ ਕਿ ਝੜਪਾਂ ਹੋ ਰਹੀਆਂ ਹੈਗੀਆਂ, ਇਸ ਦੇ ਵਿਚਾਲੇ ਕੈਪਸੂਲ ਵੀ ਵੰਡੇ ਜਾ ਰਹੇ ਹੈਗੇ ਆ, ਜਿਹੜੇ ਜਮਹੂਰੀਅਤ ਨੂੰ ਬਚਾ ਰਿਹਾ ਕਿ ਉਸ ਕੈਪਸੂਲਾਂ ਦੀ ਗੱਲ ਕਰ ਰਿਹਾ ਮੈਂ। ਇਸ ਸਵਾਲ ਨੂੰ ਜ਼ਰਾ ਧਿਆਨ ਨਾਲ ਸੁਣਿਓ, ਪਰ ਇੱਕੋ ਸਵਾਲ ਅਸੀਂ ਪੁੱਛਾਂਗੇ, ਪੰਚਾਇਤਾਂ ਦਾ ਲੋਕਤੰਤਰ ਅਸਲ ਵਿੱਚ ਕਿਸ ਕੋਲ ਹੈ? ਪੰਚਾਇਤ ਅਤੇ ਪੰਜਾਬ ਅੱਜ ਬਹਿਸ ਕਿਉਂ ਕਰ ਰਹੇ ਹਾਂ ਤੁਹਾਨੂੰ ਪਹਿਲਾਂ ਦੱਸ ਦਈਏ। ਪੰਜਾਬ ਵਿੱਚ 30 ਦਸੰਬਰ ਨੂੰ ਪੰਚਾਇਤ ਚੋਣਾਂ ਹੋਣੀਆਂ, ਵੋਟਿੰਗ ਦੀਆਂ ਤਿਆਰੀਆਂ, ਨਾਮਜ਼ਦਗੀਆਂ ਦੀ ਜਾਂਚ ਮਗਰੋਂ 1,863 ਸਰਪੰਚ ਅਤੇ 22,203 ਪੰਚਾਇਤ ਚੋਣ ਨਿਰਵਿਰੋਧ ਹੋਈ ਹੈ। ਸਰਪੰਚ ਲਈ 28,375 ਅਤੇ ਪੰਚ ਲਈ 1,04,027 ਉਮੀਦਵਾਰ ਚੋਣ ਮੈਦਾਨ ਵਿੱਚ ਮੌਜੂਦ ਨੇ। ਸਭ ਤੋਂ ਵੱਧ 329 ਸਰਪੰਚ ਅਤੇ 4,750 ਪੰਚ ਹੁਸ਼ਿਆਰਪੁਰ ਵਿੱਚ ਬਿਨਾਂ ਵਿਰੋਧ ਦੇ ਚੁਣੇ ਗਏ ਆ। ਨਾਮਜ਼ਦਗੀਆਂ ਦਾਖਲ ਕਰਨ ਦੌਰਾਨ ਅਤੇ ਇਸ ਤੋਂ ਬਾਅਦ ਵੀ ਜਾਰੀ ਨੇ ਹਿੰਸਕ ਝੜਪਾਂ, ਹਾਲਾਂਕਿ ਕਈ ਰਿਪੋਰਟ ਵੀ ਨਹੀਂ ਹੋ ਪਾ ਰਹੀਆਂ, ਪਰ ਇਸ ਦੇ ਬਾਵਜੂਦ ਖਬਰਾਂ ਕਈ ਥਾਵਾਂ ਤੋਂ ਮਿਲਦੀਆਂ ਪਈਆਂ ਹੈਗੀਆਂ, ਜਿਹੜੇ ਕਿ ਚਿੰਤਾਜਨਕ ਨੇ। ਗੁਰਦਾਸਪੁਰ ਦੇ ਪਿੰਡ ਮੋਕਲ ਵਿੱਚ ਕੈਪਸੂਲ 'ਚੋਂ ਬੱਚੇ ਨੇ ਕੱਢੇ ਸਰਪੰਚ ਅਤੇ ਪੰਚਾਂ ਦੇ ਨਾਂ, ਇਸ ਕਰਕੇ ਮੈਂ ਕੈਪਸੂਲ ਦਾ ਜ਼ਿਕਰ ਕਰ ਰਿਹਾ ਸੀਗਾ। ਉਹਨਾਂ ਕੈਪਸੂਲ ਦਾ ਜ਼ਿਕਰ ਨਹੀਂ ਕਰ ਰਹੇ ਜਿਹੜੇ ਕੈਪਸੂਲ ਅਕਸਰ ਵੰਡੇ ਜਾਂਦੇ ਹੈਗੇ। ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਚੋਣ ਪ੍ਰਕਿਰਿਆ ਹੋਈ ਹੈ ਅਤੇ ਸਭ ਨੇ ਖਿੜੇ ਮੱਥੇ ਇਸ ਨੂੰ ਪ੍ਰਵਾਨ ਕੀਤਾ। ਅਕਾਲੀ ਆਪ, ਕਾਂਗਰਸ ਅਤੇ ਲਗਾ ਰਹੇ ਨੇ ਲੋਕਤੰਤਰ ਦੇ ਕਾਨ ਦਾ ਇਲਜ਼ਾਮ, ਕਿਉਂਕਿ ਦੋਨੋਂ ਵਿਰੋਧੀ ਪਾਰਟੀਆਂ ਇਲਜ਼ਾਮ ਲਾਉਣਗੀਆਂ। ਅਸੀਂ ਸਵਾਲ ਇੱਕੋ ਪੁੱਛਾਂਗੇ, ਲੋਕਤੰਤਰ ਦਾ ਕਾਨ ਕੌਣ ਕਰ ਰਿਹਾ? ਅਸੀਂ ਇਹ ਸਵਾਲ ਨਹੀਂ ਪੁੱਛਾਂਗੇ, ਅਸੀਂ ਇਹ ਸਵਾਲ ਪੁੱਛਾਂਗੇ ਸਰਸੰਮਤੀਆਂ ਵਾਲੀਆਂ ਪੰਚਾਇਤਾਂ ਦੇ ਹੋਕੇ 'ਚ ਲੋਕਤੰਤਰ ਦਾ ਸਭ ਤੋਂ ਵੱਡਾ ਕਾਤਲ ਕੌਣ ਹੈ? ਇਸ ਸਵਾਲ 'ਤੇ ਬਹਿਸ ਕਰਾਂਗੇ। ਖਾਸ ਪੈਨਲ ਸਾਡੇ ਨਾਲ ਮੌਜੂਦ ਹੈਗਾ, ਉਹਨਾਂ ਤੁਹਾਡਾ ਤਾਰਫ ਕਰਾ ਰਿਹਾ। ਡਾਕਟਰ ਪਹਿਲਾ ਗਰਗ, ਐਕਸਪਰਟ ਦੇ ਤੌਰ 'ਤੇ ਸਾਡੇ ਨਾਲ ਮੌਜੂਦ ਰਹਿਣਗੇ। ਪਿੰਡ ਬਚਾਓ ਪੰਜਾਬ ਬਚਾਓ ਇਹਨਾਂ ਨੇ ਮੁਹਿੰਮ ਸ਼ੁਰੂ ਕੀਤੀ ਹੋਈ ਹੈ। ਡਾਕਟਰ ਪਹਿਲਾ ਗਰਗ, ਤੁਹਾਡਾ ਬਹੁਤ ਸਵਾਗਤ ਹੈ। ਡਾਕਟਰ ਗੁਰਪ੍ਰੀਤ ਸਿੰਘ ਸੰਧੂ ਕਾਂਗਰਸ ਦੇ ਨੁਮਾਇੰਦੇ ਨੇ। ਡਾਕਟਰ ਗੁਰਪ੍ਰੀਤ ਸਿੰਧੂ, ਤੁਹਾਡਾ ਬਹੁਤ ਸਵਾਗਤ ਹੈ। ਪ੍ਰੋਫੈਸਰ ਮਨਜੀਤ ਸਿੰਘ, ਸਵਰਾਜ ਪਾਰਟੀ ਨੁਮਾਇੰਦਗੀ ਕਰਦੇ, ਪ੍ਰੋਫੈਸਰ ਮਨਜੀਤ ਸਿੰਘ, ਤੁਹਾਡਾ ਬਹੁਤ ਸਵਾਗਤ ਹੈ। ਨਦਰ ਸਿੰਘ ਆਕੜੀ, ਸ਼੍ਰੋਮਣੀ ਅਕਾਲੀ ਦਲ ਤੋਂ ਇਹਨਾਂ ਨੇ ਹਜੇ ਆਉਣਾ, ਜਦੋਂ ਆ ਜਾਣਗੇ ਸਵਾਗਤ ਵੀ ਕਰ ਦੇਵਾਂਗੇ। ਸਤਨਾਮ ਦਾਉ, ਪੰਜਾਬ ਮੰਚ ਦੀ ਨੁਮਾਇੰਦਗੀ ਕਰਦੇ ਆ ਅਤੇ ਇਹਨਾਂ ਦੇ ਪਿੰਡ ਦੀ ਖਾਸੀ ਚਰਚਾ ਹੈ ਕਿ ਇਹ ਮੀਡੀਆ ਦੇ ਵਿੱਚ, ਇਸ ਕਰਕੇ ਸਤਨਾਮ ਦਾਉ ਨੂੰ ਇੱਥੇ ਸੱਦਿਆ ਸੀ। ਦਾਉ ਸਰ, ਤੁਹਾਡਾ ਵੀ ਬਹੁਤ ਸਵਾਗਤ ਹੈ। ਸਭ ਤੋਂ ਪਹਿਲਾਂ ਸਵਾਲ ਗੁਰਪ੍ਰੀਤ ਸੰਧੂ ਜੀ, ਮੈਂ ਇੱਕ ਸਵਾਲ ਕੀਤਾ, ਸਰਬਸੰਮਤੀ ਵਾਲੀਆਂ ਪੰਚਾਇਤਾਂ ਦੇ ਹੋਕੇ ਵਿੱਚ ਲੋਕਤੰਤਰ ਦਾ ਸਭ ਤੋਂ ਵੱਡਾ ਕਾਤਲ ਕੌਣ ਹੈ? ਤੁਹਾਡੇ ਕੋਲ ਜਵਾਬ ਹੈਗਾ ਇਸ ਸਵਾਲ ਦਾ? ਸਰਬਸੰਮਤੀ ਦੀਆਂ ਪੰਚਾਇਤਾਂ ਦੇ ਵਿੱਚ ਲੋਕਤੰਤਰ ਦਾ ਸਭ ਤੋਂ ਵੱਡਾ ਕਾਤਲ ਕੌਣ ਹੈ? ਮੈਨੂੰ ਜਿਹੜਾ ਹੋਕਾ ਦਿੱਤਾ ਜਾ ਰਿਹਾ ਸਰਬਸੰਮਤੀ ਵਾਲੀਆਂ ਪੰਚਾਇਤਾਂ ਦਾ ਨਾ, ਉਸ ਵਿੱਚ ਲੋਕਤੰਤਰ ਦਾ ਸਭ ਤੋਂ ਵੱਡਾ ਕਾਤਲ ਤੁਹਾਨੂੰ ਕੌਣ ਲੱਗਦਾ? ਮੈਂ ਜਵਾਬ, ਇਹ ਸਵਾਲ ਜਿਹੜਾ ਨਾ, ਮੈਨੂੰ ਇਹ ਤੁਹਾਡਾ ਸਵਾਲ ਪਸੰਦ ਨਹੀਂ ਆਇਆ? ਨਹੀਂ, ਬਹੁਤ ਪਸੰਦ ਆਇਆ, ਸਗੋਂ ਬਹੁਤ ਪਸੰਦ ਆਇਆ। ਜਿੱਥੇ ਸਰਬਸੰਮਤੀ ਨਾਲ ਇਲੈਕਸ਼ਨ ਹੁੰਦੀ ਹੈ ਉੱਥੇ ਪਹਿਲੀ ਗੱਲ ਤਾਂ ਡੈਮੋਕਰੇਸੀ ਦਾ ਕੋਈ ਕਾਰਨ ਨਹੀਂ ਹੁੰਦਾ, ਠੀਕ ਹੈ ਜੀ, ਉੱਥੇ ਕੋਈ ਕਤਲ ਨਹੀਂ ਹੁੰਦਾ। ਮੇਰਾ ਸਵਾਲ ਨਹੀਂ ਸਮਝ ਗਏ, ਮੈਂ ਕਹਿ ਰਿਹਾ ਜਿੱਥੇ ਹੋਕਾ ਦਿੱਤਾ ਜਾ ਰਿਹਾ ਉੱਥੇ ਲੋਕਤੰਤਰ ਦਾ ਕਤਲ ਵੀ ਕੀਤਾ ਜਾ ਰਿਹਾ, ਲੋਕਤੰਤਰ ਦਾ ਸਭ ਤੋਂ ਵੱਡਾ ਕਤਲ ਕੌਣ ਹੈ? ਨਹੀਂ, ਉਹ ਮੈਂ ਮੰਨ ਸਕਦਾ, ਲੇਕਿਨ ਜਿੱਥੇ ਸਰਬਸੰਮਤੀ ਨਾਲ ਹੋ ਗਈ ਇਲੈਕਸ਼ਨ ਉੱਥੇ ਕੋਈ ਕਤਲ ਨਹੀਂ ਹੁੰਦਾ ਗਾ, ਉਹ ਤਾਂ ਚਾਹੀਦਾ ਸਰਬਸੰਮਤੀ ਨਾਲ ਜੇ ਹੁੰਦਾ ਭਾਈਚਾਰਾ ਵੱਧਦਾ। ਜਿੱਥੇ ਹੋਕਾ ਦਿੰਦੇ ਆ ਵੀ ਸਰਬਸੰਮਤੀ ਨਾਲ ਹੋਣਾ ਚਾਹੀਦਾ, ਲੇਕਿਨ ਉਸ ਤੋਂ ਬਾਅਦ ਸ਼ਰਾਰਤਾਂ ਕਰਕੇ ਦੋ ਦੋ ਤਿੰਨ ਤਿੰਨ ਕੈਂਡੀਡੇਟ ਖੜੇ ਕਰਕੇ ਆਪਸ ਲੜਾਉਂਦੇ ਆ, ਉਹ ਹਰ ਪਾਰਟੀ, ਹਰ ਪੋਲੀਟੀਕਲ ਪਾਰਟੀ, ਕਿਸੇ ਪਾਰਟੀਕੂਲਰ ਪਾਰਟੀ ਦਾ ਨਾਂ ਨਾ ਲਈਏ, ਹਰ ਪੋਲੀਟੀਕਲ ਪਾਰਟੀ ਪੂਰਾ ਜ਼ੋਰ ਲਾਉਂਦੀ ਹੈ, ਕਿਉਂਕਿ ਜਿਹੜੀ ਪੰਚਾਇਤ ਹੈ ਨਾ, ਇਹ ਪੰਚਾਇਤ ਇਜ਼ ਦੀ ਸਮਾਲੈਸਟ ਫਾਰਮ ਆਫ ਦੀ ਗਵਰਨਮੈਂਟ, ਇਟ ਸ਼ੁੱਡ ਬੀ, ਹੈ ਨਹੀਂ ਪ੍ਰੈਕਟੀਕਲੀ। ਅਸੀਂ ਹੌਲੀ 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 ਕਰਦੇ ਕਰਦੇ ਪੰਚਾਇਤਾਂ ਨੂੰ ਮਹਿਜ਼ ਨੁਮਾਇੰਦੇ MLA ਦੇ ਅਤੇ ਆਪਣੇ, ਮੇਰੇ ਸਵਾਲ ਦਾ ਜਵਾਬ ਹਜੇ ਵੀ ਨਹੀਂ ਦਿੱਤਾ ਤੁਸੀਂ। ਮੈਂ ਪੁੱਛਿਆ ਸੀ ਲੋਕਤੰਤਰ ਦਾ ਸਭ ਤੋਂ ਵੱਡਾ ਕਤਲ ਕੌਣ ਹੈ, ਕਿਹੜੀ ਪਾਰਟੀ ਹੈ, ਕਿਹੜਾ ਪ੍ਰਸ਼ਾਸਨਿਕ ਅਫਸਰ? ਨਹੀਂ ਜੀ, ਮੈਂ ਤਾਂ ਇਹ ਸਮਝਦਾ ਵੀ ਕੌਨਸਟੀਟਿਊਸ਼ਨ ਦੇ ਜਿਹੜੇ ਹੈਗੇ ਆ ਸਾਡੇ, ਉਹਨੂੰ ਲਾਗੂ ਨਾ ਕਰਾਉਣ ਵਾਲੀਆਂ ਜਿਹੜੀ ਐਗਜ਼ੈਕਟਿਵ ਹੈ, ਜਿਹੜੀ ਜਿਹੜੀ ਪਾਰਟੀਆਂ ਪੂਰਟੀਆਂ ਤੋਂ ਇਹਨਾਂ ਚੀਜ਼ਾਂ ਤੋਂ ਉੱਤੇ ਉੱਠ ਕੇ ਇਹਨਾਂ ਨੂੰ ਕਰਾਉਣਾ ਚਾਹੀਦਾ। ਸਿਆਸਤ ਨਹੀਂ ਹੈਗੀ, ਸਿਆਸਤ ਨਹੀਂ ਹੈਗੀ ਲੋਕਤੰਤਰ ਦੇ ਕਾਨ ਦੇ ਕਾਤਲ? ਸਿਆਸਤ ਤਾਂ ਕਰੂਗੀ ਜੀ, ਸਿਆਸਤ ਹਰ ਇੱਕ ਚੀਜ਼ ਦਾ ਕਾਨ ਕਰਦੀ ਹੈ, ਪੰਚਾਇਤਾਂ ਦਾ ਵੀ ਕਰਾ ਲਓ ਜੀ, ਤੂੰ ਮਰਜ਼ੀ ਕਰਾ ਲਓ, ਉਹਨਾਂ ਨੇ ਤਾਂ ਕਾਨ ਕਰਨਾ ਹੀ ਕਰਨਾ। ਗੱਲ ਤਾਂ ਇਹ ਵੀ ਮੈਂ ਜੇ ਬੈਠਾ ਉੱਥੇ, ਮੈਂ ਰਿਟਰਨਿੰਗ ਅਫਸਰ ਹਾਂ, ਦੇਖੋ ਮੈਂ ਰਿਟਰਨਿੰਗ ਅਫਸਰ ਹਾਂ, ਠੀਕ ਹੈ ਜੀ, ਮੇਰੇ ਕੋਲ ਆ ਇਲਜ਼ਾਮ ਲੱਗਦੇ ਆ, ਰੋਜ਼ ਆਉਂਦੇ ਅਖਬਾਰ 'ਚ, ਮੈਂ ਵੀ ਪੜ੍ਹਦਾ, ਤੁਸੀਂ ਵੀ ਪੜ੍ਹਦੇ ਹੋ, ਕਿ ਜੀ ਸਾਡੇ ਤਾਂ ਨੋਮੀਨੇਸ਼ਨ ਪੇਪਰ ਰਿਜੈਕਟ ਕਰਤੇ, ਇੱਕ ਦੋ ਜਗ੍ਹਾ 'ਤੇ ਇਹ ਆ ਵੀ ਪੈਸੇ ਲੈ ਗਏ, ਉਹ ਸਸਪੈਂਡ ਵੀ ਹੋ ਗਏ, ਇਲੈਕਸ਼ਨ ਕਮਿਸ਼ਨ ਨੇ ਕਰਤੇ। ਸੋ ਕਾਨ ਸਭ ਤੋਂ ਵੱਡਾ ਉਹ ਕਰਦਾ ਜਿਹੜਾ ਜ਼ਿੰਮੇਵਾਰ ਉੱਥੇ ਅਫਸਰ ਬੈਠਾ ਔਰ ਉਹ ਆਪਦੀ ਜ਼ਿੰਮੇਵਾਰੀ ਨਹੀਂ ਨਿਭਾਉਂਦਾ। ਠੀਕ ਹੈ, ਡਾਕਟਰ ਪਹਿਲਾ ਗਰਗ, ਹਾਂਜੀ, ਜਿਹੜਾ ਅਫਸਰ ਹੈ ਉਹੀ ਜ਼ਿੰਮੇਵਾਰ ਆ। ਦੇਖੋ ਜੀ, ਪਿੱਛੇ ਵੀ ਗੱਲ ਹੋਈ ਸੀ ਇੱਥੇ ਡਾਕਟਰ ਗੁਰਪ੍ਰੀਤ ਸੰਧੂ ਜੀ ਦੀ, ਇੱਕ ਗੱਲ ਤਾਂ ਮੈਂ ਸਹਿਮਤ ਹਾਂ ਵੀ ਇੱਕ ਤਾਂ ਅਫਸਰ ਸਾਹੀ ਨੂੰ ਆਪਦਾ ਕੰਮ ਕਰਨਾ ਹੁੰਦਾ, ਦੂਜਾ ਉਹਨਾਂ ਨੇ ਆਖਿਆ ਵੀ ਸਿਆਸਤ ਕਾਨ ਕਰਦੀ ਹੋਈ ਕਰਦੀ ਹੈ। ਇਹ ਜਿਹੜੀ ਬਹੁਤ ਵੱਡੀ ਗੱਲ ਕਹੀ ਹੈ ਇਹਨਾਂ ਨੇ, ਬਹੁਤ ਵੱਡੀ ਸਟੇਟਮੈਂਟ ਹੈ, ਸੱਚ ਵੀ ਹੈ ਵੀ ਸਿਆਸਤ
ਸਾਡੇ ਕੋਲ ਤਾਕਤਾਂ ਨੇ ਉਹਨਾਂ ਦਾ ਘੱਟੋ ਘੱਟ ਕਿਸੇ ਨੂੰ ਥੋੜ੍ਹਾ ਜਿਹਨੂੰ ਆਪਾਂ ਟ੍ਰਿਕਲ ਡਾਊਨ ਕਹਿੰਦੇ ਵੀ ਥੋੜ੍ਹਾ ਘਣਾ ਤਾਂ ਫਾਇਦਾ ਚਲਾ ਜਾਵੇ। ਅੱਜ ਉਹ ਇੱਥੇ ਤੱਕ ਵੱਗ ਗਏ ਵੀ ਜੇ ਤੁਸੀਂ ਆਟਾ ਦਾਲ ਕਾਰਡ ਬਣਾਉਣਾ ਤਾਂ ਹਲਕਾ ਇੰਚਾਰਜ ਆ MLA ਦੇ ਰਾਹੀਂ ਬਣੋ ਨਹੀਂ ਤਾਂ ਨਹੀਂ ਬਣਨਾ। ਜੇ ਤੁਹਾਨੂੰ ਕੋਈ ਪੈਨਸ਼ਨ ਲੱਗਣੀ ਆ ਤਾਂ MLA ਦੇ ਰਾਹੀਂ ਪੈਨਸ਼ਨ ਲੱਗੂਗੀ ਨਹੀਂ ਤਾਂ ਨਹੀਂ ਬਣਨੀ। ਅਤੇ ਉਹਦੇ ਵਿੱਚ ਜਿਹੜੀ ਬਿਊਰੋਕਰੇਸੀ ਆ ਇਹ ਕਰਨ ਲੱਗ ਗਈ ਕਿ ਤੁਸੀਂ ਜਿਹੜੇ ਫਾਰਮ ਪਿੰਡ ਦੀ ਗ੍ਰਾਮ ਸਭਾ ਨੇ ਇਕੱਠੇ ਕਰਕੇ ਉੱਥੇ ਉਹਨਾਂ ਨੇ ਲਾਭਪਾਤਰੀਆਂ ਦਾ ਫੈਸਲਾ ਕਰਨਾ, ਉਹ ਕਹਿੰਦੇ ਤੁਸੀਂ ਵੀਡੀਓ ਕੋਲ ਭੇਜੋ, ਵੀਡੀਓ ਫੈਸਲਾ ਕਰੇਗਾ। ਸੋ ਅੱਜ ਇੱਕ ਐਗਜੈਕਟਿਵ ਇੱਕ ਪਾਸੇ ਲੱਗੀ ਹੋਈ ਆ। ਮੈਂ ਸਹਿਮਤ ਹਾਂ ਬਿਲਕੁਲ ਇਹਨਾਂ ਇਸ ਗੱਲ ਨਾਲ ਵੀ ਐਗਜੈਕਟਿਵ ਆਪਦੀ ਡਿਊਟੀ ਨਹੀਂ ਨਿਭਾ ਰਹੀ, ਜਿਵੇਂ ਕਿ ਜਿੱਥੇ ਜਿੱਥੇ ਇਹ ਦੂਜੇ ਉਹਦੇ ਉੱਤੇ ਸਿਆਸਤ, ਮੈਨੂੰ ਪੂਰੀ ਗੱਲ ਕਰ ਲੈਂਦੋ, ਉਹਦੇ ਉੱਤੇ ਜਿਹੜੀ ਸਿਆਸਤ ਆ ਉਹਨੂੰ ਤੋੜਨ 'ਤੇ ਲੱਗੀ ਹੋਈ ਹੈ। ਪਰ ਇਹ ਕਹਿਣਾ ਕਿ ਐਗਜੈਕਟਿਵ ਸਿਆਸਤ ਤੋਂ ਬਾਹਰ ਇਹ ਗਲਤ ਹੈ, ਕਿਉਂਕਿ ਸਿਆਸਤ ਜਿਹੜੀ ਹੈ ਮਿਨਿਸਟਰ ਤੋਂ ਬਾਹਰ, CM ਤੋਂ ਬਾਹਰ, ਕੈਬਨਿਟ ਤੋਂ ਬਾਹਰ ਕਿਸੇ DC ਦੀ ਹਿੰਮਤ ਨਹੀਂ, ਕਿਸੇ ਚੀਫ ਸੈਕਟਰੀ ਦੀ ਹਿੰਮਤ ਨਹੀਂ ਵੀ ਉਹ ਗਲਤ ਕਰ ਜੇ। ਫਾਈਲ ਦੇ ਉੱਤੇ ਜ਼ਰੂਰ ਲੋਕਤੰਤਰ ਦਾ ਕਾਤਲ ਅੱਜ ਤਾਂ ਸਿਆਸਤ ਬਣੀ ਪਈ ਹੈ, ਅੱਜ ਤਾਂ ਸਿਆਸਤ ਬਣੀ ਪਈ ਹੈ ਅੱਜ ਲੋਕਤੰਤਰ। ਸਤਨਾਮ ਦਾਊ, ਹਾਂਜੀ ਤੁਹਾਡਾ ਪਿੰਡ ਦਾਊ ਹੈ ਜੀ? ਦਾਊ ਮੇਰਾ ਪਿੰਡ, ਦਾਊ ਪਿੰਡ ਮੇਲਾ ਤਾਂ ਸ਼ਾਇਦ ਕਿਸੇ MP ਨੇ ਗੋਦ ਵੀ ਲਿੱਤਾ ਹੋਇਆ, ਪ੍ਰੇਮ ਸਿੰਘ ਚੰਦੂ ਮਾਜਰਾ ਆਨੰਦਪੁਰ ਸਾਹਿਬ ਤੋਂ ਜਿਹੜੇ ਹੈਗੇ ਆ ਮੈਂਬਰ ਪਾਰਲੀਮੈਂਟ। ਗੋਦ ਲਏ ਪਿੰਡ ਦੇ ਵਿੱਚ ਸਰਸੰਮਤੀ ਹੋ ਰਹੀ ਕਿ ਨਹੀਂ ਹੋ ਰਹੀ? ਦੇਖੋ ਜੀ, ਸਿਆਸਤ ਸਭ ਤੋਂ ਵੱਡਾ ਕਾਰਨ ਕਰ ਰਹੀ ਹੈ ਲੋਕਤੰਤਰ ਦਾ। ਦੋਨੋਂ ਪਾਰਟੀਆਂ, ਕਾਂਗਰਸ, ਅਕਾਲੀ ਜਾਂ BJP, ਇਹ ਕਾਰਨ ਕਰ ਰਹੀਆਂ ਲੋਕਤੰਤਰ ਦਾ। 1947 ਸਾਡਾ ਪੰਜਾਬ ਵੰਡਿਆ ਗਿਆ ਸੀ, ਪਰ ਵੋਟਾਂ ਤੋਂ ਬਾਅਦ ਇਹਨਾਂ ਨੇ ਪਿੰਡਾਂ ਨੂੰ ਕਾਂਗਰਸੀ ਅਤੇ ਅਕਾਲੀਆਂ 'ਚ ਵੰਡ ਦਿੱਤਾ, ਪਿੰਡਾਂ ਨੂੰ ਪਿੰਡ ਨਹੀਂ ਰਹਿਣ ਦਿੱਤਾ, ਪਿੰਡਾਂ ਦੇ ਨੁਮਾਇੰਦੇ ਨੂੰ ਪੰਚ ਸਰਪੰਚ ਨਹੀਂ ਰਹਿਣ ਦਿੱਤਾ। ਇਹ ਤਾਂ ਕਾਂਗਰਸ ਦੇ ਸਰਪੰਚ ਹੈ ਜਾਂ ਕਾਂਗਰਸ ਦੇ ਪੰਚ ਹੈ, ਇਸ ਲੈਵਲ 'ਤੇ ਤੋੜਤਾ। ਜਿਹੜੀ ਹੋ ਗਈ ਕਿ ਸਰਬਸੰਮਤੀ, ਜੇ ਤਾਂ ਲੋਕ ਆਪਸ ਦੇ ਵਿੱਚ ਸਰਬਸੰਮਤੀ ਕਰ ਲੈਣਾ ਉਹ ਠੀਕ ਹੈ, ਜਮਹੂਰੀ ਗੱਲ ਹੈ, ਪਰ ਜਦੋਂ ਇੱਕ ਮੈਂਬਰ ਪਾਰਲੀਮੈਂਟ, ਇੱਕ MLA ਜਾਂ ਸੱਤਾਧਾਰੀ ਪਾਰਟੀ ਦੇ ਨੇਤਾ ਉਹ ਕਹਿਣਗੇ ਮੇਰੇ ਪੱਖ ਦੇ ਬੰਦੇ ਨੂੰ ਜਿਹੜੀ ਸਰਬਸੰਮਤੀ ਦੇ ਦਿਓ, ਅਸੀਂ 25 ਲੱਖ ਦੇਵਾਂਗੇ, 50 ਲੱਖ ਦੇਵਾਂਗੇ, ਅਤੇ ਜੇ ਕੋਈ ਗਰੀਬ ਉਹਦੇ ਹੱਕ 'ਚ ਖੜਦਾ ਉਹਦੇ ਕਾਗਜ਼ ਕਿਵੇਂ ਰਿਜੈਕਟ ਕਰਾਉਣੇ ਆ, ਉਹਨੂੰ ਦਵਾਉਣਾ ਕਿਵੇਂ ਹੈ, ਉਹਨੂੰ ਦੱਬ ਕੇ ਕਿਵੇਂ ਮਾਰਨੇ ਆ, ਕੇਸਾਂ 'ਚ ਫਸਾਉਣ ਦੇ ਧਮਕੇ ਕਿਵੇਂ ਦੇਣੀਆਂ, ਇਹ ਸੱਤਾਧਾਰੀ ਪਾਰਟੀਆਂ ਜਿਹੜੀ ਮਰਜ਼ੀ ਸਰਕਾਰ ਦੀ ਓਵਰਆਲ ਗੱਲ ਕਰਦੇ ਪਏ, ਓਵਰਆਲ ਪੰਜਾਬ ਦੇ ਪਿੰਡਾਂ ਦੀ ਗੱਲ ਕਰਦੇ ਪਏ, ਪੰਜਾਬ ਦੇ ਪਿੰਡਾਂ ਦੀ ਵੀ ਗੱਲ ਕਰਦੇ ਆ, ਅਤੇ ਸਾਡੇ ਪਿੰਡ 'ਚ ਵੀ ਇੱਦਾਂ ਹੀ ਹੋਇਆ, ਇੱਦਾਂ ਹੀ ਹੋ ਰਿਹਾ। ਮੈਂ ਹਰ ਵਾਪਸ ਆਉਂਗਾ। ਪ੍ਰਸਮਨਜੀਤ ਸਿੰਘ, ਤੁਸੀਂ ਸਵਰਾਜ ਪਾਰਟੀ ਨੁਮਾਇੰਦੇ ਹੋ, ਸਵਰਾਜ ਹੈ ਸਭ ਤੋਂ ਛੋਟੀ ਚੋਣ ਦੇ ਵਿੱਚੋਂ ਨਿਕਲ ਕੇ ਆਉਂਦਾ, ਅਤੇ ਸਵਰਾਜ ਦਿਖਦਾ ਪਿਆ ਕਿਤੇ? ਦੇਖੋ, ਮੈਂ ਤੁਹਾਨੂੰ ਕਹਾਂ ਕਿ ਸਾਡੀ ਜਿਹੜੀ ਸਿਆਸਤ ਹੈ ਪਹਿਲਾਂ ਤਾਂ ਉਹ ਸਮਝਣੀ ਚਾਹੀਦੀ, ਉਹਦਾ ਕੀ ਬਣ ਗਿਆ। ਸਾਡੀ ਸਿਆਸਤ ਕਿਸੇ ਵੇਲੇ ਅਸੀਂ ਕਹਿੰਦੇ ਸੀ ਇਹ ਡੈਮੋਕਰੇਟਿਕ ਆ, ਫਿਰ ਅਸੀਂ ਕਹਿੰਦੇ ਸੀ ਨਹੀਂ ਇਹਦਾ ਜਗੀਰੂ ਪੱਖ ਇਹਦੇ 'ਤੇ ਭਾਰੀ ਹੋ ਗਿਆ। ਮੈਨੂੰ ਹੁਣ ਲੱਗਦਾ ਸਿਆਸਤ ਜਿਹੜਾ ਇਹਦਾ ਮਾਫੀਆ ਕਰਨ ਹੋ ਗਿਆ, ਬਿਲਕੁਲ ਉਹ ਉਸੇ ਤਰ੍ਹਾਂ ਬਿਹੇਵ ਕਰਦੇ ਆ, ਉਹ ਕਿਸੇ ਨੂੰ ਨਹੀਂ ਸਮਝਦੇ, ਕੋਈ ਕਾਇਦੇ ਕਾਨੂੰਨ ਦਾ ਉਹਨਾਂ ਨੂੰ ਡਰ ਨਹੀਂ, ਨਾ ਉਹਨਾਂ ਨੂੰ ਲੱਗਦਾ ਵੀ ਕਾਇਦਾ ਕਾਨੂੰਨ ਤਾਂ ਅਸੀਂ ਬਣਾਉਂਦੇ ਹਾਂ, ਸਾਡੇ 'ਤੇ ਥੋੜ੍ਹੀ ਲਾਗੂ ਹੁੰਦਾ। ਇਸੇ ਤਰੀਕੇ ਨਾਲ ਇੰਨਾ ਡਰ ਤਾਂ ਪੈ ਪੁਲਿਸ ਦੇ ਵਿੱਚ ਪੈਦਾ ਕੀਤਾ ਆ, ਕੁਛ ਨੂੰ ਬਰਾਈਬ ਕਰ ਲਿਆ, ਕੁਛ ਤਾਂ ਡਰਾ ਤਾ, ਔਰ ਇਸੇ ਤਰ੍ਹਾਂ ਹੀ ਬਿਊਰੋਕਰੇਸੀ 'ਤੇ ਉਹ ਸਾਰਾ ਕੁੱਲ ਮਿਲਾ ਕੇ ਐਡਾ ਕੁਸ਼ਾਸਨ ਬਣ ਗਿਆ ਆ ਪੰਜਾਬ ਦੇ ਵਿੱਚ, ਖਾਸ ਕਰਕੇ ਕਿ ਉੱਥੇ ਥੱਲੇ ਜਿਹੜਾ ਕੀ ਹੋ ਰਿਹਾ। ਮੈਂ ਤਾਂ ਅੱਜ ਸਰਬਜੀਤ ਧਾਲੀਵਾਲ ਸੀਨੀਅਰ ਪੱਤਰ ਪ੍ਰੇਰਕ ਆ ਟ੍ਰਿਬਿਊਨ 'ਚੋਂ ਰਿਟਾਇਰ ਹੋਇਆ, ਅਸੀਂ ਇਹੀ ਦੇਖਣ ਗਏ ਸੀ ਵੀ ਥੱਲੇ ਪੰਚਾਇਤਾਂ ਦਾ ਹੋ ਕੀ ਗਿਆ। ਅਸੀਂ ਇੱਥੋਂ ਸ਼ੁਰੂ ਹੋ ਕੇ ਨੂਰਪੁਰ ਬੇਦੀ ਤੱਕ ਪਿੰਡੋ ਪਿੰਡੀ ਜਾ ਕੇ ਆਏ ਹਾਂ। ਇੱਕ ਗੱਲ ਹਰ ਪਿੰਡ 'ਚ ਜਿਹੜੀ ਲੋਕਾਂ ਨੇ ਕਹੀ ਆ, ਕਿਸੇ ਨੇ ਕਿਹਾ ਸਾਡੇ ਪਿੰਡ 'ਚ 50 ਲੱਖ ਰੁਪਈਆ ਆ, ਕਿਸੇ ਨੇ ਕਿਹਾ ਸਾਡੇ ਪਿੰਡ 'ਚ 26 ਲੱਖ ਆਇਆ, ਕਿਸੇ ਨੇ ਕਿੰਨਾ, ਕਿਸੇ ਨੇ ਕਿੰਨਾ, ਪਰ ਉਹ ਸਾਰਿਆਂ ਨੇ ਯੂਨੀਫਾਰਮਲੀ ਇਹ ਗੱਲ ਕਹੀ ਆ ਵੀ ਲੱਗਾ ਉਹਦੇ 'ਚੋਂ ਕਿਸੇ ਨੇ ਕਿਹਾ 5%, ਕਿਸੇ ਨੇ 10%, 90% ਪੈਸਾ ਖਾ ਗਿਆ। ਕਿਉਂ ਅਸੀਂ ਕਿਹਾ ਉਹ ਖਾ ਕਿਵੇਂ ਗਏ? ਉਹ ਕਹਿੰਦੇ ਜੀ ਆ ਕੇ ਸਾਡੇ ਦੇ ਏਰੀਏ ਦੇ ਵਿੱਚ ਚੀਮਾ ਸਾਹਿਬ ਹੁੰਦੇ ਸੀਗੇ, ਉਹ ਕਹਿੰਦੇ ਸੀ ਤੁਹਾਨੂੰ ਕਿੰਨੇ ਪੈਸੇ ਚਾਹੀਦੇ, ਉਹਨਾਂ ਹੀ ਚੈੱਕ ਕੱਢ ਦਿੰਦੇ ਸੀ, ਤੁਹਾਨੂੰ ਕਿੰਨੇ ਪੈਸੇ ਚਾਹੀਦੇ, ਉਹਨਾਂ ਚੈੱਕ ਕੱਢ ਦਿੰਦੇ ਸੀ, ਜਿਵੇਂ ਉਹ ਕਿਤੇ ਸਾਂਤਾ ਕਲਾਸ ਕੱਲ੍ਹ ਨੂੰ ਕ੍ਰਿਸਮਸ ਆ ਕੇ ਗਿਫਟ ਵੰਡ ਰਿਹਾ ਹੋਵੇ। ਭਾਈ ਤੁਸੀਂ, ਉਹ ਪਿੰਡ ਵਾਲੇ ਕਹਿੰਦੇ ਕਿ ਸਾਨੂੰ ਤਾਂ ਪੁੱਛੇ ਸਾਨੂੰ ਕਾਹਦੇ ਲਈ ਪੈਸੇ ਚਾਹੀਦੇ, ਸਾਡੀ ਪਲੈਨਿੰਗ ਕੀ ਆ, ਸਾਡੇ ਪਿੰਡ 'ਚ ਕਿਹੜੀ ਗੱਲ ਦੀ ਘਾਟ ਆ। ਅਸੀਂ ਉਹ ਪ੍ਰੋਪਰ ਪਲੈਨਿੰਗ ਕਰਕੇ ਪੰਚਾਇਤ ਦੀ ਮੰਗ ਦੇ ਉੱਤੇ ਉਹ ਪੈਸੇ ਆਉਣ, ਫਿਰ ਬਾਅਦ ਵਿੱਚ ਉਹਦੀ ਲਗਾਤਾਰ ਸੁਪਰਵਿਜ਼ਨ ਹੋਵੇ ਕਿ ਪ੍ਰੋਜੈਕਟ ਪੂਰਾ ਹੋਇਆ ਕਿ ਨਹੀਂ ਹੋਇਆ। ਇਹੋ ਜਿਹਾ ਕੁਛ ਨਹੀਂ ਹੋ ਰਿਹਾ। ਇਹਦਾ ਮਤਲਬ ਕੀ ਹੈ ਕਿ ਪੈਸੇ ਦੇ ਕੇ ਪੰਚਾਇਤਾਂ ਨੂੰ ਉਸੇ ਤਰ੍ਹਾਂ ਹੀ ਖਤਮ ਕਰਤਾ ਉਹਨਾਂ ਦੀ ਅਸਲੀ ਜਿਹੜੀ ਕੰਮ ਸੀਗਾ, ਜਿਵੇਂ ਤੁਸੀਂ ਬਾਕੀ ਸਭ ਜਗ੍ਹਾ ਪੈਸੇ ਦੇ ਕੇ ਬਰਾਈਬ ਕਰਕੇ ਧੋਖਾ ਦੇ ਕੇ ਜਿਹੜੀ ਇੱਥੇ ਦੀ ਸਿਆਸਤ ਨੂੰ ਖਤਮ ਕੀਤਾ। ਇੱਕ ਛੋਟਾ ਜਿਹਾ ਵਕਫਾ ਲਵਾਂਗੇ, ਵਕਫੇ ਤੋਂ ਵਾਪਸ ਆਵਾਂਗੇ। ਅਕਾਲੀ ਦਲ ਦੇ ਨੁਮਾਇੰਦੇ ਵੀ ਸਾਡੇ ਕੋਲ ਪਹੁੰਚ ਚੁੱਕੇ ਨੇ, ਉਹ ਬ੍ਰੇਕ ਤੋਂ ਬਾਅਦ ਸਾਡੇ ਨਾਲ ਇੱਥੇ ਮੌਜੂਦ ਹੋਣਗੇ। ਸਵਾਲ ਇਹ ਹੈਗਾ ਕਿ ਪੰਚਾਇਤਾਂ ਨੂੰ ਜਿਹੜੀ ਅਸਲ ਪਲਾਨਿੰਗ ਹੈਗੀ ਹੈ ਉਸ ਦੇ ਬਾਰੇ ਤਾਂ ਕੁਛ ਨਹੀਂ, ਨਾ ਉਹਨਾਂ ਤੋਂ ਪੁੱਛਿਆ ਜਾ ਰਿਹਾ ਨਾ ਦੱਸਿਆ ਜਾ ਰਿਹਾ, ਪੋਲੀਟੀਕਲ ਪਲਾਨਿੰਗ ਹੋ ਰਹੀ ਹੈ। ਜੇ ਪੋਲੀਟੀਕਲ ਪਲਾਨਿੰਗ ਹੋਵੇਗੀ ਫਿਰ ਲੋਕਤੰਤਰ ਦਾ ਕਤਲ ਹੋਵੇਗਾ। ਬ੍ਰੇਕ ਤੋਂ ਵਾਪਸ ਆ ਰਹੇ ਸਵਾਲ ਅਸੀਂ ਇਹ ਪੁੱਛ ਰਹੇ ਹਾਂ, ਸਰਬਸੰਮਤੀ ਵਾਲੀਆਂ ਪੰਚਾਇਤਾਂ ਦੇ ਹੋਕੇ ਵਿੱਚ ਲੋਕਤੰਤਰ ਦਾ ਸਭ ਤੋਂ ਵੱਡਾ ਕਤਲ ਕੌਣ ਆ?
ਤੇ ਅਕਾਲੀ ਦਲ ਦੇ ਬੁਲਾਰੇ ਉਹ ਵੀ ਸਾਡੇ ਕੋਲ ਪਹੁੰਚ ਚੁੱਕੇ ਨੇ। ਨਰਦੇਵ ਸਿੰਘ ਆਖਰੀ ਤੁਹਾਡਾ ਬਹੁਤ ਸਵਾਗਤ ਕਰਦੇ ਹਾਂ ਅਸੀਂ। ਡਾਕਟਰ ਪਹਿਲਾ ਗਰਗ, ਜਿਹੜੀ ਪਹਿਲੇ ਸੈਗਮੈਂਟ ਦੇ ਵਿੱਚ ਗੱਲ ਜਿੱਥੇ ਰੁਕੀ ਸੀ ਜਾ ਕੇ ਮੈਂ ਉੱਥੇ ਸ਼ੁਰੂ ਕਰਨਾ ਚਾਹੁੰਗਾ, ਇੱਕ ਪੋਲੀਟੀਕਲ ਪਲਾਨਿੰਗ ਦਾ ਜ਼ਿਕਰ ਹੋ ਰਿਹਾ ਸੀਗਾ। ਮੈਂ ਇਸ ਪੋਲੀਟੀਕਲ ਪਲਾਨਿੰਗ ਦੇ ਵਿੱਚ ਚੁੱਲ੍ਹਾ ਟੈਕਸ ਦਾ ਜ਼ਰੂਰ ਜ਼ਿਕਰ ਕਰਨਾ ਚਾਹੁੰਗਾ। ਚੁੱਲ੍ਹਾ ਟੈਕਸ ਬਾਰੇ ਕੋਈ ਜ਼ਿਕਰ ਨਹੀਂ ਕਰ ਰਿਹਾ, ਚੁੱਲ੍ਹਾ ਟੈਕਸ ਦਾ ਮਾਮਲਾ ਕੋਰਟਾਂ ਤੱਕ ਪਹੁੰਚ ਗਿਆ ਹੈਗਾ। ਇਹ ਚੁੱਲ੍ਹਾ ਟੈਕਸ ਹੈ ਕਿ ਬਲਾ ਜਿਹਦੀ ਰਸੀਦ ਨਹੀਂ ਦਿੱਤੀ ਜਾ ਰਹੀ? 7 ਰੁਪਏ ਮੇਰੇ ਖਿਆਲ ਦੇਣੇ ਹੁੰਦੇ ਸਾਲ ਦੇ, ਜ਼ਿਆਦਾ ਪਹਿਲਾਂ 6 ਸੀ ਹੁਣ 7। ਹਾਂ, ਤੇ ਕਿਉਂ 7 ਰੁਪਏ ਪਿੱਛੇ ਲੈ ਲੈਣੇ ਘੜੀਆਂ ਜਾ ਰਹੀਆਂ? ਮੈਂ ਇਹ ਦੋਨੋਂ ਚੀਜ਼ਾਂ ਸਮਝਾ ਦੋ। ਅਸਲ 'ਚ ਮੋਟੀ ਗੱਲ, ਪਹਿਲੀ ਗੱਲ ਇਹ ਹੈ, ਮੈਂ ਪਹਿਲਾਂ ਦੂਜੇ ਪਾਸੋਂ ਸ਼ੁਰੂ ਕਰਾਂਗਾ। ਇੱਕ ਤਾਂ ਜਿਹੜਾ ਹੈਗਾ ਕਿ ਜੀ ਆਹ ਤੁਸੀਂ ਪੰਚਾਇਤਾਂ, ਜਿਵੇਂ ਉਹਨਾਂ ਨੇ ਕਿਹਾ ਵੀ ਪੰਚਾਇਤਾਂ ਕਹਿੰਦੇ ਸਾਨੂੰ ਨਹੀਂ ਪੁੱਛਦੇ, ਅਸਲ 'ਚ ਨਾ ਪੰਚਾਇਤ ਨੇ ਫੈਸਲਾ ਕਰਨਾ ਵੀ ਪਿੰਡ 'ਚ ਵਿਕਾਸ ਕਿਵੇਂ ਹੋਣਾ, ਨਾ ਸੈਕਟਰੀ ਨੇ ਕਰਨਾ, ਨਾ ਬੀਡੀਓ ਨੇ ਕਰਨਾ, ਨਾ ਐਮ ਐਲ ਏ ਨੇ ਕਰਨਾ, ਨਾ ਹਲਕਾ ਇੰਚਾਰਜ ਨੇ ਕਰਨਾ। ਉੱਥੋਂ ਦੀ ਗ੍ਰਾਮ ਸਭਾ ਨੇ ਕਰਨਾ, ਮੈਂਡੇਟਰੀ ਹੈ ਕੌਨਸਟੀਟਿਊਸ਼ਨ ਦੇ ਮੁਤਾਬਕ। ਸਾਡੇ ਸੰਵਿਧਾਨ ਦੇ ਵਿੱਚ ਲਿਖਿਆ ਹੈ ਕਿ ਦੋ ਅਜਲਾਸ ਹੋਣਗੇ, ਇੱਕ ਹਾੜੀ ਦਾ ਅਤੇ ਇੱਕ ਸਾਉਣੀ ਦਾ। ਸਾਉਣੀ ਦਾ ਅਜਲਾਸ 31 ਦਸੰਬਰ ਤੱਕ ਹੋਣਾ ਜ਼ਰੂਰੀ ਹੈ, ਹਾੜੀ ਦਾ ਅਜਲਾਸ ਜਿਹੜਾ ਉਹ 30 ਜੂਨ ਤੱਕ ਹੋਣਾ ਜ਼ਰੂਰੀ ਹੈ। ਪਿੰਡ ਦਾ ਹਰ ਵੋਟਰ ਆਟੋਮੈਟਿਕਲੀ ਉਹਦਾ ਮੈਂਬਰ ਹੈ, ਅਤੇ ਗ੍ਰਾਮ ਸਭਾ ਦੇ ਨੋਟੀਫਿਕੇਸ਼ਨ ਤੋਂ ਬਿਨਾਂ ਕਿਤੇ ਪੰਚਾਇਤ ਦੀ ਚੋਣ ਹੋ ਹੀ ਨਹੀਂ ਸਕਦੀ। ਗ੍ਰਾਮ ਸਭਾ ਕਿੰਨੇ ਗ੍ਰਾਮ ਹੁੰਦੀ ਹੈ ਗਰਗ ਸਾਹਿਬ? ਮੈਂ ਪੰਜਾਬ 'ਚ ਕਿੰਨੇ ਗ੍ਰਾਮ ਹੁੰਦੀ ਹੈ? ਮੈਂ ਆ ਰਿਹਾ ਉਸੇ 'ਚ। ਸੋ ਉਹਨਾਂ ਨੇ ਪਿੰਡ ਦੀ ਵਿਕਾਸ ਯੋਜਨਾ ਬਣਾਉਣੀ ਹੈ ਦਸੰਬਰ ਦੀ ਮੀਟਿੰਗ 'ਚ, ਉਹਨਾਂ ਨੇ ਪਿੰਡ ਦਾ ਬਜਟ ਬਣਾਉਣਾ, ਉਹਨਾਂ ਨੇ ਦੇਖਣਾ ਕਿੱਥੋਂ ਪੈਸੇ ਆਉਣਗੇ, ਕਿੱਥੇ ਜਾਣਗੇ, ਕੀ ਕਰਨਾ। ਉਹਨਾਂ ਨੇ ਜੂਨ 'ਚ ਜਿਹੜਾ ਹੈਗਾ ਵੀ ਅਵੈਲੂਏਸ਼ਨ ਕਰਨੀ, ਇਹ ਉਹਨਾਂ ਨੇ ਲੋਕ ਲੇਖਾ ਕਰਨਾ, ਉਹਨਾਂ ਨੇ ਜਿਹਨੂੰ ਆਪਾਂ ਕਹਿੰਦੇ ਸਮਾਜਿਕ ਆਡਿਟ, ਸੋਸ਼ਲ ਆਡਿਟ ਕਰਨਾ। ਉਹਨਾਂ ਨੇ ਇਹ ਦੇਖਣਾ ਵੀ ਸਾਡੀਆਂ ਲੇਖੇ ਦਾ, ਪੈਸਿਆਂ ਦਾ ਵੀ ਕਿੱਥੇ ਖਰਚ ਹੋਏ। ਦੂਜਾ ਦੇਖਣਾ ਵੀ ਜਿਹੜੀਆਂ ਅਸੀਂ ਸਕੀਮਾਂ ਬਣਾਈਆਂ ਸੀ ਉਹ ਕਿੱਥੇ ਕਿੱਥੇ ਪਹੁੰਚੀਆਂ ਨੇ, ਜੇ ਲਾਗੂ ਕਰੀਆਂ, ਜੇ ਨਹੀਂ ਲਾਗੂ ਹੋਈਆਂ ਤਾਂ ਕਿਉਂ ਨਹੀਂ ਹੋਈਆਂ। ਇਹ ਸਾਰਾ ਗ੍ਰਾਮ ਸਭਾ ਨਹੀਂ ਕਰਨਾ। ਦੂਜੀ ਗੱਲ, ਜਿਹੜੇ ਲੋਕਾਂ ਨੂੰ ਬੈਨੀਫਿਸ਼ੀਅਰੀ ਨੇ, ਲਾਭਪਾਤਰੀ, ਚਾਹੇ ਉਹ ਸੈਂਟਰ ਦੀ ਸਕੀਮ ਹੈ ਕੋਈ, ਚਾਹੇ ਉਹ ਸਟੇਟ ਦੀ ਹੈ, ਚਾਹੇ ਉਹਦੇ 'ਚ ਕੋਈ ਪੈਨਸ਼ਨਾਂ ਮਿਲਣੀਆਂ ਨੇ, ਚਾਹੇ ਉਹਦੇ 'ਚ ਕੋਈ 5 ਮਰਲੇ ਪਲਾਟ ਮਿਲਣੇ ਨੇ, ਚਾਹੇ ਕਿਸੇ ਨੂੰ ਉਹਦੇ ਵਿੱਚ ਘਰ ਬਣਨਾ, ਚਾਹੇ ਕਿਸੇ ਦਾ ਉਹਦੇ 'ਚ ਕਹਿ ਲਓ ਗੁਸਲਖਾਨਾ ਬਣਨਾ, ਚਾਹੇ ਉਹਦੇ 'ਚ ਆਟਾ ਦਾਲ ਦਾ ਕਾਰਡ ਮਿਲਣਾ, ਉਹ ਸਾਰੇ ਬੈਨੀਫਿਟ, ਕੌਣ ਬੈਨੀਫਿਟ ਲੈਣ ਦਾ ਹੱਕਦਾਰ ਹੈ, ਇਹ ਲਾਭ ਕਿਹਨੂੰ ਮਿਲਣਾ ਚਾਹੀਦਾ, ਹੱਕਦਾਰ ਕੌਣ ਹੈ ਸਕੀਮ ਦੇ ਅਨੁਸਾਰ, ਇਹ ਵੀ ਗ੍ਰਾਮ ਸਭਾ ਨੇ ਤੈਅ ਕਰਨਾ। ਸੋ ਇਹ ਗ੍ਰਾਮ ਸਭਾਵਾਂ ਨੂੰ ਬਿਲਕੁਲ ਹੀ ਨਹੀਂ ਕਰਨ ਦਿੱਤਾ ਜਾਂਦਾ। ਅਸੀਂ ਕਈ ਜਗ੍ਹਾ 'ਤੇ ਕਰਵਾ ਕੇ ਦੇਖੀਆਂ ਨੇ ਹੁਣ ਪਿੱਛੇ, ਪਿੰਡ ਬਚਾਓ ਪੰਜਾਬ ਬਚਾਓ, ਚਲੋ ਉਹਨਾਂ ਡਟ ਕੇ ਕਰਿਆ, ਉਹਨਾਂ ਡਟ ਕੇ ਕਰਿਆ ਵੀ ਹੈ, ਉਹਨਾਂ ਨੇ ਈਵਨ ਵੀਡੀਓ ਦੇ ਕਰੇ ਹੋਏ ਫੈਸਲੇ, ਉਹਨਾਂ ਨੇ DDPO ਦੇ DC ਤੱਕ ਉਹਨਾਂ ਨੂੰ ਜਾਣਾ ਪਿਆ, ਹਲਕਾ ਇੰਚਾਰਜ, MLA, ਸਾਰੀਆਂ ਪਾਰਟੀਆਂ ਰਲ ਜਾਂਦੀਆਂ ਨੇ ਇਸ ਗੱਲ ਦੇ ਉੱਤੇ ਜਦੋਂ ਦੇਖਦੀਆਂ ਨੇ। ਇੱਦਾਂ ਜਿਹੜਾ ਤੁਸੀਂ ਸਰਬਸੰਮਤੀ ਦੀ ਗੱਲ ਕਰੀ ਹੈ, ਸਰਬਸੰਮਤੀ ਇਹ ਕਹਿ ਕੇ ਕਿ ਜੀ ਇੰਨੇ ਪੈਸੇ ਦੇਣਾ, ਅੱਜ ਹੀ ਇੱਕ ਪਿੰਡ ਦੀ ਕੁੜੀ ਆ, ਉਹ ਸਾਡੇ ਨਾਲ ਕਾਫੀ ਕੰਮ ਵੀ ਕਰਦੀ ਹੈ, ਉਸ ਪਿੰਡ ਦੇ ਵਿੱਚ ਉਹਦੇ ਭਰਾ ਨੂੰ ਖੜਾ ਕਰ ਰਹੇ ਸੀ ਵੀ 10 ਲੱਖ ਰੁਪਈਆ ਇੱਕ NRI ਕਹਿੰਦਾ ਮੈਂ ਦੇ ਦੂੰ ਇਹਦੇ ਭਰਾ ਨੂੰ, ਬਣਾ ਦਿਓ ਸਰਪੰਚ। ਇੱਕ ਹੋਰ ਕਹਿੰਦਾ ਵਿਰੋਧੀ ਪਾਰਟੀ ਦੇ, ਮੈਂ 20 ਲੱਖ ਦੇ ਦੂੰ ਆਹ ਫਲਾਣੇ ਨੂੰ, ਬਣਾ ਦਿਓ। ਉਹ ਕਹਿੰਦੀ ਲੱਖਾਂ ਨਾਲ ਸਰਪੰਚੀ ਥੋੜ੍ਹਾ ਵੇਚਣੀ ਆ, ਮੈਂ ਤਾਂ ਚੋਣ 'ਚ ਖੜੀ ਹੋਊਂਗੀ। ਪਰ ਉਹ ਅੜੀ ਨਾਲ ਚੋਣ 'ਤੇ ਖੜੀ ਹੋਈ ਆ, ਉਹਦੇ ਪੇਪਰ ਰਿਜੈਕਟ ਕਰਾਉਣ ਨੂੰ ਫਿਰਦੇ ਸੀ ਫਿਰ। ਮੈਂ ਪੇਪਰ ਰਿਜੈਕਟ ਵਾਲੀ ਗੱਲ ਕਰ ਰਿਹਾ, ਤੁਸੀਂ ਗ੍ਰਾਮ ਸਭਾ ਦੀ ਗੱਲ ਕਰਦੇ ਹੋ ਡਾਕਟਰ ਸਾਹਿਬ, ਗ੍ਰਾਮ ਸਭਾ ਹੋਵੇ ਨਾ ਅਤੇ ਪੰਚਾਇਤਾਂ ਆਪਣਾ ਕੰਮ ਕਰਨ, ਪੋਲੀਟੀਕਲ ਪ੍ਰੈਸ਼ਰ ਦੇ ਤਹਿਤ ਸਾਰਾ ਕੋਈ ਕੰਮ ਕੀਤਾ ਜਾਵੇ, ਇਹ ਚੁੱਲ੍ਹਾ ਟੈਕਸ ਵਾਲੀ ਉਸੇ 'ਚ ਆ ਰਿਹਾ। ਦੂਜਾ ਸਾਡੇ ਕੀ ਹੋ ਗਿਆ, ਸਾਡੇ ਬਿਊਰੋਕ੍ਰੇਸੀ ਬਿਲਕੁਲ ਨਹੀਂ ਦੇਖਦੀ, ਇਹ ਚੁੱਲ੍ਹਾ ਟੈਕਸ ਐਕਟ ਦੇ ਮੁਤਾਬਕ ਤਾਂ ਕਿਤੇ ਹੈ ਨਹੀਂ। ਪੰਚਾਇਤਾਂ ਨੇ ਆਪਦੀ ਮਰਜ਼ੀ ਨਾਲ ਟੈਕਸ ਲਾਉਣੇ ਨੇ, ਪੰਚਾਇਤਾਂ ਪਿੰਡ ਦੇ ਵਿੱਚ ਕੋਈ ਟੈਕਸ ਨਹੀਂ ਹੈ, ਨਾ ਐਕਟ ਦੇ ਅੰਡਰ ਹੈ, ਸਰਕਾਰ ਨੇ ਜਿਹੜੇ ਟੈਕਸ ਲਏ ਉਹ ਸਰਕਾਰ ਸਿੱਧੇ ਲੈਂਦੀ ਹੈ। ਇਹ ਕਿਸੇ ਜ਼ਮਾਨੇ 'ਚ ਜਦ ਪੰਜਾਬ ਗ੍ਰਾਮ ਪੰਚਾਇਤ ਐਕਟ ਆਪਣਾ ਬਣਿਆ ਹੋਇਆ ਸੀ 1962 ਦਾ, ਉਹਦੇ ਅੰਡਰ ਪੰਚਾਇਤਾਂ ਦੀਆਂ ਚੋਣਾਂ ਹੁੰਦੀਆਂ ਸੀ, ਉਹਦੇ ਚੁੱਲ੍ਹਾ ਟੈਕਸ ਹੁੰਦਾ ਸੀ। ਮੈਂ ਇੱਥੋਂ ਤੱਕ ਮੈਨੂੰ ਪਤਾ ਜੀ 1972 'ਚ ਅਸੀਂ ਸਾਡੇ ਪਿੰਡ ਦੇ ਸਰਪੰਚ ਨੂੰ ਸਸਪੈਂਡ ਕਰਾਇਆ ਕਿ ਉਹਨੇ ਆਟੇ ਦਾ ਜਿਹੜਾ ਚੀਨੀ ਦਾ ਡੀਪੂ ਸੀ ਉਹਦਾ ਵੀ ਉਹ ਸੈਕਟਰੀ ਸੀ ਅਤੇ ਉਹ ਸਰਪੰਚ ਵੀ ਸੀ, ਉਹਨੇ ਇੱਕ ਬੰਦੇ ਦੀ ਪਾਈਆ ਚੀਨੀ ਆਪ ਲੈ ਗਿਆ ਸੀ ਇਹ ਕਹਿ ਕੇ ਕਿ ਤਾਂ ਚੁੱਲ੍ਹਾ ਟੈਕਸ ਨਹੀਂ ਭਰਿਆ, ਉਦੋਂ 6 ਰੁਪਏ ਹੁੰਦੇ ਸੀ ਵੀ ਤਾਂ ਚੁੱਲ੍ਹਾ ਟੈਕਸ ਨਹੀਂ ਭਰਿਆ। ਉਹ ਕਾਰਡ ਫੜ ਕੇ ਅਸੀਂ ਡਾਇਰੈਕਟਰ ਪੰਚਾਇਤ ਦੇ ਸ਼ਿਕਾਇਤ ਕਰ, ਯੇ ਕਰ, ਉਹਨੂੰ ਅਲਟੀਮੇਟਲੀ ਸਸਪੈਂਡ ਕਰਾਇਆ ਵੀ ਇਹ ਚੀਨੀ ਆਪ ਦਸਤਖਤ ਕਰਕੇ ਕਿਵੇਂ ਲੈ ਗਿਆ। ਉਹਨੂੰ ਕਹਿੰਦਾ ਤਾਂ ਚੁੱਲ੍ਹਾ ਟੈਕਸ ਨਹੀਂ ਭਰਿਆ ਕਿਉਂਕਿ ਰਾਸ਼ਨ ਨਹੀਂ ਬੰਦ ਹੋ ਸਕਦਾ, ਈਵਨ ਕਾਤਲ ਦਾ ਰਾਸ਼ਨ ਜੇਲ੍ਹ 'ਚ ਨਹੀਂ ਬੰਦ ਹੋ ਸਕਦਾ, ਇਹ ਰਾਸ਼ਨ ਇਹਨੇ ਕਿਵੇਂ ਬੰਦ ਕਰਤਾ। ਸੋ ਇਹ ਚੁੱਲ੍ਹੇ ਟੈਕਸ ਦੀ ਕਿਸੇ ਨੇ ਨਹੀਂ ਦੇਖੀ, ਜਿਵੇਂ ਸਾਡੇ ਕਈ ਲੈਂਪ ਪੋਸਟਾਂ ਨੇ, ਹੁਣ ਕਿਹੜਾ ਲੈਂਪ ਜਗਾਉਣਾ ਹੁੰਦਾ, ਕਈ ਵਾਟਰ ਕੈਰੀਅਰ ਪੋਸਟਾਂ ਨੇ, ਹੁਣ ਕਿਹੜਾ ਵਾਟਰ ਕੈਰੀਅਰ। ਡਾਕਟਰ ਸਾਹਿਬ, ਡਾਕਟਰ ਸਾਹਿਬ, ਸੋ ਇਹ ਬੜੀ ਲੰਬੀ ਚਰਚਾ ਕੀਤੀ ਤੁਸੀਂ, ਬੜੀ ਲੰਬੀ ਚਰਚਾ ਕੀਤੀ, ਮਹੀਨੇ ਦਾ 52 ਪੈਸੇ ਬੰਦ ਹੈ। ਹਾਂ, ਇਹਦੀ ਕੋਈ ਕੋਈ ਮੀਨਿੰਗ ਨਹੀਂ, ਕਿਉਂ ਨਹੀਂ ਦਿੰਦਾ ਰਸੀਦਾਂ? ਇਹ ਤਾਂ ਸਾਰੇ ਕਹਿੰਦੇ ਰਸੀਦਾਂ ਨੇ ਸਾਨੂੰ ਮਿਲੀਆਂ, ਐਨਓਸੀ ਨਹੀਂ ਮਿਲੀ। ਪਹਿਲੀ ਗੱਲ ਤਾਂ ਮੈਂ ਦੋ ਗੱਲਾਂ, ਮੈਂ ਚੁੱਲ੍ਹਾ ਟੈਕਸ ਸਮਝਣਾ ਜ਼ਰੂਰ, ਛੋਟੀ ਛੋਟੀ ਗੱਲ ਹੀ, ਇੱਕ ਤਾਂ ਇਹ ਚੁੱਲ੍ਹਾ ਟੈਕਸ ਵੈਸੀ ਗਲਤ ਹੈ, ਤੇ ਦੂਜੀ ਗੱਲ ਜਿਹੜਾ ਵੀ ਲੈਣਾ ਉਹਦੀ ਰਸੀਦ ਕੱਟਣੀ ਹੁੰਦੀ ਆ, ਬਾਕਰਾ ਉਹਦੀ ਰਸੀਦ ਸਰਪੰਚ ਪੰਚਾਇਤ ਕੱਟਦੀ ਹੈ, ਰਸੀਦ ਬੁੱਕ ਉਹਨਾਂ ਕੋਲ ਬਣੀ ਹੁੰਦੀ ਹੈ, ਚੁੱਲ੍ਹੇ ਟੈਕਸ ਦੀ ਪਰ ਇਹ ਦਿੰਦੇ ਨਹੀਂ, ਭਰਦੇ ਵੀ ਨੇ ਕੁਛ ਨਹੀਂ।
ਕਨਸਟੀਟਿਊਸ਼ਨ ਦੀਆਂ ਜਦੋਂ ਇੱਕ ਚੀਜ਼ ਰੂਲ ਐਂਡ ਰੈਗੂਲੇਸ਼ਨ ਬੁੱਕ ਬਣਦੀ ਹੈ ਨਾ ਉਹਦੇ 'ਚ ਬਹੁਤ ਸਿਆਣੇ ਸਿਆਣੇ ਬੰਦੇ ਬੈਠ ਕੇ ਆਈਡੀਅਲਿਸਟਿਕ ਜਿਹੜੀ ਸੋਸਾਇਟੀ ਹੈ ਉਹਦੇ ਰੂਲਸ ਐਂਡ ਰੈਗੂਲੇਸ਼ਨ ਬਣਾ ਕੇ ਐਕਟਸ ਬਣਾਉਂਦੇ ਆ ਫਰਗੈਟਿੰਗ ਦੈਟ ਕਿ ਜਿਹੜੇ ਬੰਦਿਆਂ ਨੇ ਇੰਪਲੀਮੈਂਟ ਕਰਨਾ ਉਹਨਾਂ 'ਚੋਂ ਤੁਹਾਡੇ ਨਾਲ ਤਾਂ ਭਲਾ ਮਨਸ ਕੋਈ ਵੀ ਨਹੀਂ ਬਿਕੋਜ਼ ਉਹਨਾਂ ਨੇ ਹੁਣ ਤੋੜ ਫੋੜ ਕਰਨੀਆਂ ਅਮੈਂਡਮੈਂਟਸ ਦੇਖ ਲਓ ਸੈਂਟਰਲ ਪਾਰਲੀਮੈਂਟ ਦੀ ਐਕਟਾਂ 'ਚ ਕਿੰਨੀਆਂ ਕਿੰਨੀਆਂ ਹੋ ਗਈਆਂ ਲੇਕਿਨ ਉਹ ਹੋਈਆਂ ਕਿਹੜੀਆਂ ਜਿਹੜੀਆਂ ਪੋਲੀਟੀਸ਼ੀਅਨਸ ਦੀ ਸਹੂਲਤ ਵਾਸਤੇ ਆ ਜਿਹੜੀਆਂ ਪੋਲੀਟੀਸ਼ੀਅਨ ਨੂੰ ਬੈਨੀਫਿਟ ਕਰਦੀਆਂ ਆਮ ਜਨਤਾ ਨੂੰ ਬੈਨੀਫਿਟ ਕਰਨ ਵਾਲੀ ਕੋਈ ਮੈਨੂੰ ਅਮੈਂਡਮੈਂਟ ਕਿਸੇ ਐਕਟ 'ਚ ਦਿਖਾ ਦਿਓ ਦੂਜੀ ਗੱਲ ਜਿਹੜੀ ਜਿਹੜੀ ਪੰਚਾਇਤ ਆ ਇੱਕੋ ਹੀ ਇੱਕ ਇਲਾਜ ਆ ਜੇ ਪੰਚਾਇਤਾਂ ਇੰਪਾਵਰ ਕਰਨੀਆਂ ਇਹ ਤੁਹਾਡੇ ਗ੍ਰਾਮ ਸਭਾ ਦੀ ਮੀਟਿੰਗ ਦੇ ਫਲਾਨਾ ਦੀ ਕੈਨ ਆਲ ਵੀ ਮੈਨੀਪੂਲੇਟਡ ਉੱਥੇ ਡੰਡੇ ਨਾਲ ਅਗਲੇ ਨਹੀਂ ਹੋਣ ਦਿੰਦੇ ਗਏ ਨਾਲੇ ਦਸਖਤ ਕਰਾ ਕੇ ਕਹਿ ਦੇਣਗੇ ਹੋਈ ਗ੍ਰਾਮ ਪੰਚਾਇਤ ਗ੍ਰਾਮ ਸਭਾ ਹੋ ਗਈ ਡਾਕਟਰ ਸਾਹਿਬ ਇੰਨੇ ਲੈਵਲ ਦੇ ਉੱਤੇ ਜਦੋਂ ਜਹਿਦ ਨਹੀਂ ਹੋ ਸਕਦਾ ਗਾ ਜਿਸ ਲੈਵਲ 'ਤੇ ਆਪਾਂ ਗਿਰ ਚੁੱਕੇ ਹਾਂ ਨਹੀਂ ਤਾਂ ਆਲਰੇਡੀ ਹੋਣੀਆਂ ਨੇ ਨਹੀਂ ਨਹੀਂ ਜੇ ਸਰਪੰਚ ਨਾ ਕਰਾਵੇ ਤਾਂ ਸਸਪੈਂਡਡ ਹੈ ਕੋਈ ਸਰਪੰਚ ਸਸਪੈਂਡ ਨਹੀਂ ਹੋਣਾ ਅਕਾਲੀਆਂ ਦੇ ਰਾਜ 'ਚ ਹੋਣਾ ਤੁਹਾਡੇ ਰਾਜ 'ਚ ਹੋਇਆ ਸੋ ਕਾਗਜ਼ਾਂ 'ਚ ਹੋ ਰਹੀਆਂ ਨੇ ਤੁਹਾਡੀ ਗੱਲ ਠੀਕ ਹੈ ਨਹੀਂ ਨਹੀਂ ਮੈਂ ਤੁਹਾਡੀ ਗੱਲ ਨੂੰ ਸਹਿਮਤ ਹਾਂ ਨਹੀਂ ਨਹੀਂ ਮੇਰੀ ਕਾਗਜ਼ਾਂ 'ਚ ਹੋ ਰਹੀਆਂ ਨੇ ਮੈਨੂੰ ਨਹੀਂ ਨਹੀਂ ਉਹੀ ਗੱਲ ਨਾ ਗਲਤ ਆ ਵੀ ਜਿਹੜਾ ਲੋਕ ਉੱਥੋਂ ਦਾ ਰਹਿਣ ਵਾਲਾ ਉਹਨੂੰ ਤਾਂ ਨਹੀਂ ਨਾ ਗੱਲ ਸਿਰੇ ਪਹੁੰਚੀ ਉਹਦੇ ਤਾਂ ਹੱਕ ਹਕੂਕ ਹੈ ਨਹੀਂ ਕੋਈ ਉਹਦੇ ਹੱਕ ਹਕੂਕ ਇਹ ਆ ਵੀ ਉਹ ਚਲੋ ਉੱਥੇ ਜਾ ਕੇ ਵੋਟਾਂ ਪਾ ਕੇ ਫਲਾਣੇ ਬੰਦੇ ਨੂੰ ਪਾਉਣੀਆਂ ਚੱਕ 100 ਰੁਪਈਆ ਉਹਦਾ ਅਤੇ ਜਾ ਕੇ ਖੇਤਾਂ 'ਚ ਕੰਮ ਕਰ ਉਹਨਾਂ ਦੀ ਜਿਨ੍ਹਾਂ ਦੀ ਵੋਟ ਦੀ ਵੈਲਿਊ ਸੀ ਉਹ ਤਾਂ ਵੋਟ ਰਿਡਿਊਸ ਕਰਤੀ ਇੱਥੇ ਦੂਜੀ ਗੱਲ ਜਿਹੜੀ ਤੁਸੀਂ ਚੋਲਾ ਟੈਕਸ ਦੀ ਕਹਿੰਦੇ ਹੋ ਇਹ ਸਾਰਾ ਕੋਈ ਵੀ ਟੈਕਸ ਜਿਹੜਾ ਹੈ ਕੋਈ ਵੀ ਟੈਕਸ ਕਿਤੇ ਵੀ ਲੱਗਦਾ ਹੈ ਜੇ ਉਹਦੀ ਕੋਈ ਰੈਸ਼ਨਲ ਨਹੀਂ ਹੈ ਉਹ ਹਮੇਸ਼ਾ ਕਰਪਸ਼ਨ ਦਾ ਹੀ ਇੱਕ ਜ਼ਰੀਆ ਬਣਦਾ ਜੇ ਚਾਰ ਪੰਚਾਇਤਾਂ ਦੇ ਵਿੱਚ ਚੁੱਲ੍ਹਾ ਟੈਕਸ ਜਿਹੜਾ ਹੈਗਾ ਉਹ ਜਮ੍ਹਾਂ ਕਰਾ ਕੇ ਰਸੀਦਾਂ ਕੱਟੀਆਂ ਜਾਣਗੀਆਂ ਪੰਜਵੇਂ ਦੇ ਵਿੱਚ ਕੋਈ ਗੁੰਡਾ ਬੈਠਾ ਹੋਊਗਾ ਕਹੂਗਾ ਜਾ ਜਾ ਭਾਜਾ ਮੈਂ ਨਹੀਂ ਦਿੰਦਾ ਇੱਥੇ ਭਰੋ ਅਤੇ ਮੈਂ ਲੈ ਪੋਲੀਟੀਕਲ ਸਿਸਟਮ ਜ਼ਿੰਮੇਵਾਰ ਹੈ ਨਾ ਪੋਲੀਟੀਕਲ ਸਿਸਟਮ ਜ਼ਿੰਮੇਵਾਰ ਆ ਲੇਕਿਨ ਪੰਚਾਇਤਾਂ ਨੂੰ ਇੰਪਾਵਰ ਕਰਨ ਵਾਸਤੇ ਵਾਈ ਸ਼ੁੱਡ ਦੇ ਬੀ ਸਬਜੈਕਟ ਟੂ ਇੱਕ ਮਿੰਟ ਜ਼ਿਲ੍ਹਾ ਪਰਿਸ਼ਦ ਆ ਸਾਡੀਆਂ ਕਮੇਟੀਆਂ ਨੇ ਸਾਡੀਆਂ ਮਾਰਕੀਟ ਕਮੇਟੀਆਂ ਫਲਾਨੀਆਂ ਕਮੇਟੀਆਂ ਧਮਕੀਆਂ ਕਮੇਟੀਆਂ 40,000 ਅਹੁਦੇਦਾਰ ਬਿਠਾਏ ਹੋਏ ਆ ਉਹ ਸਰਪੰਚ ਅਤੇ ਪੰਚਾਇਤ ਕਰੂਗੀ ਕੀ ਜਿਹਦੇ ਉੱਤੋਂ ਉਹਨੂੰ ਇਹ ਨਹੀਂ ਪਤਾ ਵੀ ਮੈਂ ਕਿਹਦੇ ਅੰਡਰ ਆਉਣੀ ਆ ਮੈਨੂੰ ਜ਼ਿਲ੍ਹਾ ਪਰਿਸ਼ਦ ਵਾਲਾ ਵੀ ਧੱਕੀ ਫਿਰਦਾ ਦੂਜਾ ਵੀ ਧੱਕੀ ਫਿਰਦਾ ਦੇ ਹੈਵ ਟੂ ਬੀ ਬੇਂਡ ਇੰਡੀਪੈਂਡੈਂਟ ਦੀ ਪੰਚਾਇਤ ਡਿਸੀਜਨ ਔਨ ਗ੍ਰਾਂਟਸ ਐਂਡ ਦੇ ਯੂਜ਼ ਸ਼ੁੱਡ ਨਾਟ ਬੀ ਕੁਐਸਚਨਡ ਬਾਈ ਐਨੀਬਡੀ ਦੇ ਜਸਟ ਹੈਵ ਟੂ ਸੈਟ ਦੀ ਆਰਡਰ ਤੁਹਾਡਾ ਪੁਆਇੰਟ ਆ ਗਿਆ ਡਾਕਟਰ ਸੰਧੂ ਤੁਹਾਡਾ ਪੁਆਇੰਟ ਆ ਗਿਆ ਨਰਿੰਦਰ ਸਿੰਘ ਆਖੜੀ ਹੁਣ ਜਿਹੜੀ ਮੌਜੂਦਾ ਸਰਕਾਰ ਹੈਗੀ ਆ ਮੌਜੂਦਾ ਸੱਤਾ ਧਿਰ ਹੈਗੀ ਆ ਉਹ ਇਹ ਗੱਲ ਕਹਿੰਦੀ ਆ ਅਕਾਲੀਆਂ ਨੇ ਵੀ ਐਂ ਧੱਕੇ ਕੀਤੇ ਸੀਗੇ ਜਾਂ ਤਾਂ ਪਹਿਲਾਂ ਤੁਸੀਂ ਆਪਦੇ ਧੱਕੇ ਮੰਨੋ ਵੀ ਤੁਸੀਂ ਕੀਤੇ ਸੀਗੇ ਅਤੇ ਫਿਰ ਇਹਨਾਂ ਦੇ ਮਨਾਓ ਦੇਖੋ ਇਹ ਤਾਂ ਪੰਜਾਬ ਦੇ ਲੋਕ ਦੱਸਦੇ ਆ ਕਿ ਕਿਹਨੇ ਕਿਵੇਂ ਧੱਕੇ ਕੀਤੇ ਪੰਜਾਬ ਦੇ ਲੋਕਾਂ ਨੇ ਤਾਂ ਦੱਸਤਾ ਫੈਸਲਾ ਕਰਤਾ ਪੰਜਾਬ ਦੇ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਫੈਸਲਾ ਕਰਤਾ ਸੀ ਉਹ ਜਿਵੇਂ ਫੈਸਲੇ ਹੋਏ ਉਹਦੇ ਜਿਹੜੀ ਅੱਜ ਪੰਚਾਇਤ ਸੰਸਥਾਵਾਂ ਦੀ ਆਪਾਂ ਗੱਲ ਕਰ ਰਹੇ ਹਾਂ ਉਹਦੇ 'ਚ ਮੈਂ ਸਮਝਦਾ ਕਿ ਮੈਨੂੰ ਨਹੀਂ ਪਤਾ ਪੈਨਲਿਸਟ ਦੇ ਵਿੱਚ ਕੋਈ ਸੱਜਣ ਨਹੀਂ ਮੈਨੂੰ ਇਸ ਸਵਾਲ ਦਾ ਜਵਾਬ ਦਿਓ ਆਖਰੀ ਸਾਹਿਬ ਮੈਨੂੰ ਇਸ ਸਵਾਲ ਦਾ ਜਵਾਬ ਇਹ ਸਵਾਲ ਦਾ ਜਵਾਬ ਦਿਓ ਤੁਸੀਂ ਸਭ ਤੋਂ ਜ਼ਿਆਦਾ ਧੱਕਾ ਕਿਹਨੇ ਕੀਤਾ ਤੁਸੀਂ ਕੀਤਾ ਜਾਂ ਹੋਰ ਹੋ ਰਿਹਾ ਇਹ ਧੱਕਿਆਂ ਦੀ ਜਿਹੜੀ ਜਨਮਦਾਤਾ ਉਹ ਕਾਂਗਰਸ ਪਾਰਟੀ ਹੈ ਕਿਉਂਕਿ ਪਿਛਲੀ ਜਦੋਂ ਸਾਹਿਬ ਬੇਅੰਤ ਸਿੰਘ ਦੀ ਸਰਕਾਰ ਬਣੀ ਪੰਜਾਬ ਦੇ ਵਿੱਚ ਉਦੋਂ ਗੁੰਡਾ ਰਾਜ ਨਾਲ ਪੁਲਿਸ ਤੰਤਰ ਦੇ ਨਾਲ ਵੋਟਾਂ ਪਾਈਆਂ ਗਈਆਂ ਸੀ ਲੋਕਾਂ ਨੇ ਬਾਈਕਾਟ ਕੀਤਾ ਸੀ ਇਹ ਪੈਦਾਇਸ਼ ਜੇ ਜਨਮ ਮੈਂ ਕਹਿ ਲਾਂ ਪੰਚਾਇਤੀ ਸੰਸਥਾਵਾਂ ਦੇ ਵਿੱਚ ਬਣਿਆ ਰਾਜਨੀਤਿਕ ਤੰਤਰ ਜਿਹਨੂੰ ਮੈਂ ਆਖਾਂ ਇਹ ਕਿੱਥੋਂ ਦਾ ਕਾਨੂੰਨ ਹੈ ਕਿ ਸਾਡੇ ਜ਼ਿਲ੍ਹਿਆਂ ਦੇ ਵਿੱਚ ਇਦਾਂ ਹੋਇਆ ਕਿ ਕਿਸੇ ਦੇ ਘਰ ਦੇ ਅੱਗੇ ਰੈਂਪ ਬਣ ਗਿਆ ਇਹ ਨਜਾਇਜ਼ ਕਬਜ਼ਾ ਜੀ ਉਹਦੇ ਕਾਗਜ਼ ਰੱਦ ਕਰ ਦਿਓ ਚੁੱਲ੍ਹਾ ਟੈਕਸ ਦੀ ਰਸੀਦ ਨਹੀਂ ਦੇਣੀ ਬਕਾਇਦਾ ਉਹਨਾਂ ਨੂੰ ਦੱਸਣਾ ਨਹੀਂ ਕੋਈ ਬੰਦਾ ਚੈਲੰਜ ਕਰੇ ਕਿ ਸਾਡੀ ਸਰਕਾਰ ਵੇਲੇ ਕਿਸੇ ਨੂੰ ਚੁੱਲ੍ਹਾ ਟੈਕਸ ਦੀ ਰਸੀਦ ਨਾ ਮਿਲੀ ਹੋਵੇ ਆਹ ਜੋ ਹੁਣ ਤੰਤਰ ਬਣ ਗਿਆ ਮੈਂ ਕਹਿੰਦਾ ਸਾਡੀ ਰਾਜਨੀਤੀ ਦੇ ਬਹੁਤ ਵੱਡਾ ਕਲੰਕ ਤੇ ਧੱਬਾ ਹੈ ਸਾਨੂੰ ਸਾਰੀਆਂ ਪਾਰਟੀਆਂ ਨੂੰ ਇਹਨਾਂ ਗੱਲਾਂ ਤੋਂ ਉੱਪਰ ਉੱਠ ਕੇ ਰਾਜਨੀਤੀ ਦੀ ਪਹਿਲੀ ਕੜੀ ਹੈ ਪੰਚਾਇਤ ਉਹਨੂੰ ਸਾਫ਼ ਸੁਥਰਾ ਚਾਹੀਦਾ ਤੁਸੀਂ ਮੇਰੇ ਸਵਾਲ ਦਾ ਜਵਾਬ ਦੇ ਦਿਓ ਫਿਰ ਰਾਜਨੀਤੀ ਪਹਿਲੀ ਕੜੀ ਹੈ ਧੱਕਾ ਕਿੰਨੇ ਜ਼ਿਆਦਾ ਕੀਤਾ ਤੁਸੀਂ ਕੀਤਾ ਜਾਂ ਹੁਣ ਹੋ ਰਿਹਾ ਨਹੀਂ ਧੱਕਾ ਤਾਂ ਹੁਣ ਹੋ ਰਿਹਾ ਪਹਿਲਾਂ ਨਹੀਂ ਹੋਇਆ ਧੱਕਾ ਬਿਲਕੁਲ ਸਾਡੀ ਸਰਕਾਰ ਨਹੀਂ ਹੋਇਆ ਸਾਡੀ ਦੇਖੋ ਗੱਲ ਇਹ ਹੈ ਜੀ ਕਹਿਣ ਨੂੰ ਮੈਂ ਇਹ ਕਹਿੰਦਾ ਕਿ 100% ਕਿਤੇ ਧੱਕਾ ਨਹੀਂ ਹੋਇਆ ਹੋਊਗਾ ਕਿਤੇ ਨਾ ਕਿਤੇ ਪਰ ਜੋ ਜਨਾਜ਼ਾ ਰਾਜਨੀਤੀ ਦਾ ਹੁਣ ਨਿਕਲਿਆ ਇਦਾਂ ਦਾ ਜਨਾਜ਼ਾ ਕਿਤੇ ਨਹੀਂ ਨਿਕਲਿਆ ਮੈਂ ਦੋਨੋਂ ਪਾਰਟੀਆਂ ਨਾਲ ਸਹਿਮਤ ਨਹੀਂ ਮੈਂ ਤੀਜੀ ਧਿਰ ਹੈ 70 ਸਾਲਾਂ ਤੋਂ ਇਹ ਦੋਨੋਂ ਪਾਰਟੀਆਂ ਨੇ ਧੱਕਾ ਕੀਤਾ ਦੋਨੋਂ ਪਾਰਟੀਆਂ ਜੇ ਤੁਸੀਂ ਤੀਜੀ ਧਿਰ ਹੋ ਤੁਸੀਂ ਇਹ ਦੱਸ ਸਕਦੇ ਹੋ ਵੀ ਕਿੰਨੇ ਜ਼ਿਆਦਾ ਕੀਤਾ ਦੋਨਾਂ ਨੇ ਕੀਤਾ ਜਿਹੜੀ ਜ਼ਿਆਦਾ ਸੱਤਾ ਰਹੀ ਹੈ ਜੇ ਅਕਾਲੀ ਦਲ ਦੱਸ ਰਹੇ ਹੈ ਤਾਂ ਇਹਨਾਂ ਲੋਕਾਂ ਨੂੰ ਕੁੱਟਿਆ ਦੱਬ ਕੇ
ग्राम सभा का मता पवा के घर घर जाके साइन करके पेश करता कहना ग्राम सभा का फैसला ऐदा नहीं ग्राम सभा लगातार लगातार भावे कांग्रेस है भावे अकाली है वक्त वापस आवा के पंचायतों का लोकतंत्र किस को फिर सवाल यही है जे लोकतंत्र की गल की जाती है जमहूरीयत मजबूत करना है तो मजबूत होगी किमें क्योंकि जे गल असी इत्थे करदे आ छोटिया छोटे पिंडां दी जिहड़ी सरकार हैगी है वो जे पिंडां दी सरकार दे विच घोटाले होणगे इस तरीके नाल पिंडां दी पंचायतां बनाई जाणगियां तो जो सिस्टम उतां तक जाता फिर तो तुसीं समझ सकते हो कि कुछ होगा। वापस आ रहे हैं सवाल असी वड्डा यही पुछ रहे हैं सर्वसंमति वाली पंचायतों के होके विच लोकतंत्र का सब तो वड्डा कातल कौन है। डॉक्टर गुरप्रीत संधू जी सत्ता धिर होंदी ना उन्हूं सब तो ज़्यादा इल्जाम सहने पैंदे आ कोई गल नहीं तो सत्ता धिर दे मंत्री जिहड़े आपस में तरीकों पर भी मसला खड़ा होया वा भी तरीक आ नहीं होनी चाहिए सी कंसल्ट कर देना चाहिए सीगा जिहड़ा शहीदी जोड़ मिल की गल की जा रही है तुसीं उस नाल इतफाक रखते हो भी शहीदी जोड़ मिल के विचाले ये चोणा नहीं होनी चाहिए सी जे नहीं होनी चाहिए सी तो क्यों नहीं होनी चाहिए सी ये होनी चाहिए सी क्यों होनी चाहिए सी। देखो जितों तक तो है आपस जे मैं ये तो किनारा करना हो एवं पोलीटिकल स्टेटमेंट देनी हो फिर तो डेमोक्रेसी है हर एक आपका बोलने का हक है एक मंत्री ने कहा नहीं होनी चाहिए दूजे ने कराता जो मंत्री है पंचायती उन्होंने उन्हें डेटा देती उन्हें कराती हूँ वो जोड़ मेला शहीदी आता नहीं आता जे जोड़ मेले तो बाद कोई होर धिर आके कह दूगी साडा अपना धर्म का आता डेट आँदी है इस करके कैंसल कर दो एक चुनाव प्रणाली जी है 30 दिसंबर को जोड़ मेले का कोई इंटरफेरेंस नहीं वह जिस दिन वोटा पैनी है ठीक है कन्वेंसिंग वास्ते फर्क पैंदा लेकिन मैं सोचता भी समझदा भी जे ये डेटा दित्तियां ना ये सगों लोगों का इस वेले थोड़ा बहुत करैक्टर तो चक्या गया होगा क्योंकि शहीदी जोड़ मिले तो जाके बंदे दे अंदर जज्बा पैदा होंदा भी सच्चाई का जज्बा पैदा होंदा भी मैं जाके लड़ाई कराँ जज्बा होंदा पैदा भी मैं आड़ा साहबजाद वांगू मैं भी कुछ करके विखावा तो वह फायदा तो हो सकता है इन इन द डेमोक्रेटिक सैटअप पर मैं एक बहुत स्ट्रोंगली इस गल ते ऑब्जैक्शन है मेरा कि तुम गल कहते हो जी लोकतंत्र लोकतंत्र कौन लोकतंत्र रात के 8:30 बजे अद्धे घंटे प्राइम मिनिस्टर डीमोनेटाइजेशन कर देता लोकतंत्र जो जो जी चाहता 15 मिनट अनाउंसमेंट करके लागू कर देंगे लोकतंत्र तुसी केड़े लोकतंत्र की गल करते हो तुसी इत्थे जे डिस्कस करना पंचायती राज तो पंचायती राज का कान जिहड़ा है वह हर वो इंसान करता जिहड़ा जाके तलवे चटदा है हर उस बंदे ते जितों उन्हूं निजी फायदा है और मैं हमेशा कह चुके अज भी कहना बिल्कुल टीवी के सामने कहना भी सब तो वड्डा डेमोक्रेसी का कान करने वाला वो हर इंडिविजुअल हर सिटीजन है जिहड़ा डेमोक्रेसी के नाँ के उत्ते गुआंढी दबण वास्ते जाके एम एल ए तलवे चटदा या वो जाके करता इहनू सट दे इहने आ मेरे कंध कढ ली है इहनू उठाला कोई एक बंदा एम एल ए मैं बन गया मेरे नाल लोग ही हैणगे मैं बन गया धक्के नाल ते मैं किवें जाके करा दूंगा धक्का धक्का तो हुंदा जो तुम अनयूजुअल पावर किसी को दे के तो बेलगाम छड़ दो भी हूँ तू पागल कुत्ते हो जिन्हों मर्जी वड्डी जा तेन पुछने वाला कोई नहीं तो यह होया 10 सालों के अकाली बीजेपी राज मैं आ रहा सतनाम दाऊ बारे असं जरूर जन्म दिता इन्हों की स्टेटमेंट के उत्ते किंतु परंतु नहीं किया जा सकता पर स्टेटमेंट एक कांग्रसी होने के नाते एक सियासतदान होने के नाते उससे किंतु परंतु किया जा सकता नहीं किया जा सकता। देखो इन्होंने जी गल कही है कि इतने राजनीति इंज हो गई है ये तो ठीक है मैं तो पहले ही कहता से शुरू से भी यदा माफिया कारण हो गया आदा यही है कि कोई भी पुलिस दे विच जिहड़ा केस FIR दर्ज होनी आ वो ठीक है वह भी करवानी आ गलत आ वह भी करवानी आ मतलब वो पुछ के करवानी आ जिहड़ा इस करके इहदा मतलब कानून का राज नहीं है कुछ उन्ना चंद गिणे मिथे बंदियां दा राज आ सारे पंजाब दी राजनीति नूं कमाई जांदे आ। रही जिथे तक तुसीं पंचायतां दी गल कह रहे हैं ना KP सिंह वो तो मेरे भी वेखण च आया कि BDO ने दफ्तर दे विच जिन्ना बंदियां नूं कांग्रेस दियां नूं खड़े करवाउणा सीगा वो उन्होंने पेपर उत्थे मौके पर जिन्हें नहीं सी पूरे उन्होंने पूरे करवा रहा सी और दूजे जिहड़े कमांड कर रहे हैं जिहड़े दूसरा BDO नूं कौन कमांड कर रहा है पार्टी कर रही है पंजाब सैक्टरी नूं कौन कमांड करता है बिल्कुल साफ साफ सरकार हाथ सरकार मौजूदा सरकार कर रही है उसमें कोई दो राय नहीं हैगी उसका कारण बड़ा साफ है कि अपनी मर्जी के किसी भी तरीके जो सरपंच बनाने गां 2019 दी चोणा आनियाँ थैलियां जानियां सरपंचा को राही मोबिलाइजेशन करवानी ले आ काम है सरकार के जिहड़े पैसे है जिहड़े लोगों के टैक्सा के पैसे आ उस नूं निजी अपने पार्टी के मफाद लई डिवेलपमेंट नूं विकास नूं एक पासे रखते हुए ये इस्तेमाल करना मैनूं तो साफ साफ नज़र आकड़ी हर पार्टी हर पार्टी चाहती है कि साढ़े पांच सरपंच हो ग्राम सभावां पंचायतां दा पार्ट है
जिमें प्यारे लाल गर्ग जी ने कहा हर पंचायत च दो साल दे विच दो ग्राम ये सारे नो पता नहीं से अगर तुम एक्ट पढ़ के सुनने लग पे नहीं हो एक्ट कीता की है मेरा सवाल तो ये है एक्ट कीता की है 10 साल किन्नी ग्राम सभा करी है मैं गल करदा ना 73वीं सौद ते 74वीं सौद नु जे भारत दे विच लागू कर लिया कई सूबे ने लागू कीता होया पंजाब च नहीं लागू कीता वो लागू हो जाए बहुत बड़ा ठहराओ बहुत बड़ा बदलाव ग्राम सभा ना करोना नाकामी है ना बिल्कुल नाकामी है ना तो भी नाकामी रही है ना पार्टी भी नाकामी रही है ना तुसी एडमिट क्यों नहीं करते नहीं नहीं सरकार दा इस की दोष है पंचायत ने सरकार दा कोई दोष नहीं पंचायत ने करोना सरकार दा कोई दोष नहीं सारा दोष अफसरशाही दा सारा दोष पंचायत दा है दोष नहीं का जदों अकालियां दा राज है तुसी लोकां ने राज क्यों कीता फिर दोष ही है नहीं तुहाडा सतनाम दा आप मैनूं 1 मिनट दा टाइम दो कांग्रेस तुसी एवें बिना गल तो इहनां ते इल्जाम लाई ने इहनां विचार देखो जी जिहड़ी आपां गल कर रहे सी पाड़ो ते राजगो दी नीति मैं पढ़ता रहा स्कूलां च कि अंग्रेजां दी नीति अंग्रेजां दी नहीं दोनों पार्टियां दी है पिंडां दे विच कांग्रेस दी ते अकाली दल दी इह पंथक सरकार है अकाली दल वाले इह बड़ी है मैनूं अपनी गल करदे रहंदे जी पिंडां दे शमशान घाट तक इहने जात पात च बन दित्ते अज पंजाब दे 13,000 पिंडां दे विच लगभग 99% च शड्यूल कास्ट अलग शमशान घाट उच्चा जातियां अलग शमशान घाट इह दोनों पार्टियां वाले ग्रांटां अलग अलग जात पात दे शमशान घाट हुंदे ने दसो इहने किन्ने असीं 139 पिंडां दे विच शमशान ਇਕੱਠੇ ਕਰਵਾ ਚੁੱਕੇ ਆ ਇਹਨੇ ਕੋਈ ਗ੍ਰਾਂਟ ਵੰਡ ਨਹੀਂ ਹੁੰਦੀ ਹੈ ਤੇ 1,00,000 ਰੁਪਏ ਦੀ ਗ੍ਰਾਂਟ ਵੰਡਣ ਲਈ 20,000 ਰੁਪਏ ਦਾ ਸਰਪੰਚ ਦਾ ਲਗਵਾ ਦਿੰਦੇ ਆ ਉੱਥੇ ਇੱਕ ਮਜਮਾ ਲਗਾਉਂਦੇ ਆ ਲਾਊਡ ਸਪੀਕਰ ਲਗਾਉਂਦੇ ਆ ਮੇਨ ਕੁਰਸੀ ਸਮਾਰੋਹ ਹੁੰਦਾ ਉੱਥੇ ਸਮਾਰੋਹ ਹੁੰਦਾ ਇਹ ਗੱਲ ਕੀ ਹੈ ਆਪਣਾ ਸਰਪੰਚ ਪ੍ਰਮੋਟ ਕਰਨਾ ਕਿ ਮੇਰੀ ਪਾਰਟੀ ਦਾ ਸਰਪੰਚ ਹੈ ਅਗਲੀ ਵਾਰ ਵੋਟਾਂ ਅਕਾਲੀ ਦਲ ਜਾਂ ਕਾਂਗਰਸ ਨੂੰ ਪਾਉਣ ਪਿੰਡ ਦੇ ਸਾਂਝੇ ਬੰਦੇ ਨੇ ਇਹ ਜਿਹੜਾ ਘਾਣ ਕੀਤਾ ਇਹਨਾਂ ਲੋਕਾਂ ਨੇ ਇਹਨਾਂ ਦੋਨੋਂ ਪਾਰਟੀਆਂ ਨੇ ਘਾਣ ਕੀਤਾ ਜਾਂ ਆਪਣੇ ਇੱਕ ਗੱਲ ਤਾਂ ਮੰਨ ਸਕਦੇ ਨੇ ਜੇ ਸਰਪੰਚੀ ਦੀਆਂ ਚੋਣਾਂ ਦੇ ਵਿੱਚ ਸਭ ਕੁਝ ਹੋ ਰਿਹਾ ਇਹਨਾਂ ਬੂਥ ਲੈਵਲ ਤੇ ਪਾਰਟੀ ਨੂੰ ਮਜ਼ਬੂਤ ਕਰਨ ਦਾ ਸਭ ਕੁਝ ਕੀਤਾ ਜਾ ਰਿਹਾ ਨਹੀਂ ਇਹਦੇ ਨਾਲ ਫੜਿਆ ਜਾ ਰਿਹਾ ਲੋਕਾਂ ਨੂੰ ਕਿਹੜੀ ਪਾਰਟੀ ਮਜ਼ਬੂਤ ਹੋਊਗੀ ਕੀ ਹੁੰਦਾ ਕੀ ਮਜ਼ਬੂਤ ਕੀ ਹੁੰਦਾ ਫਿਰ ਮਜ਼ਬੂਤ ਕੀ ਹੁੰਦਾ ਫਿਰ ਪਾਰਟੀ ਮਜ਼ਬੂਤ ਹੁੰਦੀ ਹੈ ਬਿਲਕੁਲ ਪੰਚਾਇਤ ਦੀ ਇਲੈਕਸ਼ਨ ਨਾਲ ਪੰਚਾਇਤੀ ਇਲੈਕਸ਼ਨ ਕੋਈ ਪਾਰਟੀ ਮਜ਼ਬੂਤ ਨਹੀਂ ਹੁੰਦੀ ਪੰਚਾਇਤਾਂ ਦੀ ਇਲੈਕਸ਼ਨ ਆ ਉਹ ਲੋਕਲ ਭਾਈਚਾਰਕ ਚੋਣਾਂ ਹੁੰਦੀਆਂ ਉਹਦੇ ਚ ਅਕਾਲੀ ਕਾਂਗਰਸੀ ਜਾਂ ਬੀਜੇਪੀ ਦਾ ਕਿੰਨੀ ਖੂਬਸੂਰਤ ਗੱਲ ਲੱਗਦੀ ਵੀ ਜੇ ਤੁਸੀਂ ਇੱਥੇ ਬੋਲਦੇ ਹੋ ਹੈ ਕਿ ਸਾ ਗੁਰਪ੍ਰੀਤ ਸਿੰਘ ਸੰਧੂ ਬੈਠੇ ਇਹਨਾਂ ਦੀ ਰੂਲਿੰਗ ਸਰਕਾਰ ਹੈ ਇਹਨਾਂ ਨੂੰ ਕੀ ਲੋੜ ਹੈ ਧੱਕੇ ਕਰਨ ਦੀ ਜੋ ਲੋਕਪ੍ਰਿਅਤਾ ਸਰਕਾਰ ਆ ਪੰਜਾਬ 'ਚ ਲੋਕਾਂ ਨੇ ਇਹ ਧੱਕੇ ਕਰਦੇ ਪਏ ਤੁਹਾਡੇ ਸਾਹਮਣੇ ਹੈ ਜੀ ਅੱਛਾ ਰੋਜ਼ ਅਖਬਾਰਾਂ ਮੈਂ ਤਾਂ ਇਹੀ ਤਾਂ ਸਵਾਲ ਪੁੱਛਦਾ ਪਿਆ ਮੈਂ ਤਾਂ ਕਹਿੰਦਾ ਨਹੀਂ ਪਿਆ ਮੈਂ ਤਾਂ ਸਵਾਲ ਸਿੰਪਲ ਪੁੱਛਦਾ ਵੀ ਧੱਕੇ ਤੁਸੀਂ ਜਾ ਕੀਤੇ ਕਿਹਨਾਂ ਨੇ ਕੀਤੇ ਇਹ ਤੁਹਾਡੇ ਇਲਜ਼ਾਮ ਲਾ ਰਹੇ ਹੋ ਤੁਸੀਂ ਇਹਨਾਂ ਤੇ ਲਾ ਰਹੇ ਹੋ ਇੱਕ ਪਾਰਟੀ ਸਾਡੇ ਕੋਲ ਆਈ ਨਹੀਂ ਆਮ ਆਦਮੀ ਪਾਰਟੀ ਉਹ ਬਿਜ਼ੀ ਹੈਗੀ ਆ ਕਿਉਂਕਿ ਉਹ ਆਦੀ ਪਾਰਟੀ ਦੇ ਵਿੱਚ ਪਾਰਟੀ ਨੇ ਜਿਹੜੀ ਅੱਗ ਲਾਉਣੀ ਸੀ ਪੰਜਾਬ 'ਚ ਲਾਤੀ ਉਹ ਤਾਂ ਹੁਣ ਕਿਸੇ ਥਾਂ ਤੇ ਹੈ ਹੀ ਨਹੀਂ ਬਲਾਕ ਸਮਤੀ ਜ਼ਿਲ੍ਹਾ ਪ੍ਰੀਸ਼ਦ ਉਹ ਲੜੇ ਨਹੀਂ ਕੈਂਡੀਡੇਟ ਨਹੀਂ ਮਿਲੇ ਪੰਚਾਇਤਾਂ ਤੋਂ ਵਾਪਸ ਹੋ ਗਏ ਉਹ ਸਵਾਲ ਹੈ ਮੇਰਾ ਬੜਾ ਜ਼ਰੂਰੀ ਨਿੱਕਾ ਜਿਹਾ ਸਵਾਲ ਇਹਨਾਂ ਨੂੰ ਆਕੜੀ ਜੀ ਨੂੰ ਪਰ ਇੱਕ ਗੱਲ ਕਹਿਣੀ ਚਾਹੁੰਦਾ ਸਾ ਗੁਰਪ੍ਰੀਤ ਸਿੰਘ ਸੰਧੂ ਨੇ ਟੱਚ ਕੀਤਾ ਤੁਸੀਂ ਮੁੱਦਾ ਚੱਕਿਆ ਸੀ ਪਵਿੱਤਰ ਧਰਤੀ ਸ਼੍ਰੀ ਫਤਿਹਗੜ੍ਹ ਸਾਹਿਬ ਦਾ ਇਹਨਾਂ ਨੇ ਕਿਹਾ ਕਿ ਉੱਥੇ ਲੋਕ ਜਾਣਗੇ ਉੱਥੇ ਸ਼ਰਧਾ ਸਤਿਕਾਰ ਨਾਲ ਲੋਕ ਫੈਸਲੇ ਲੈਣਗੇ ਪਰ ਸਾ ਗੁਰਪ੍ਰੀਤ ਸਿੰਘ ਸੰਧੂ ਜੀ ਫਤਿਹਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਦੇ ਜਾਂ ਪਟਿਆਲੇ ਜ਼ਿਲ੍ਹੇ ਦੀ ਪਿੰਡਾਂ ਦੀਆਂ ਪੰਚਾਇਤਾਂ 'ਚ ਅੱਜ ਸ਼ਾਮ ਨੂੰ ਜਾ ਕੇ ਦੇਖੋ ਹੁੰਦਾ ਕੀ ਹੈ ਤੁਸੀਂ ਕਿਹੜੇ ਕਿਹੜੇ ਕਿਧਰਲੇ ਪਾਸੇ ਦੀ ਸੋਚ ਰੱਖੀ ਬੈਠੇ ਹੋ ਸਰਕਾਰ ਨੇ ਆਕੜੀ ਜੀ ਮੇਰਾ ਇੱਕੋ ਹੀ ਤੁਹਾਡੇ ਤੋਂ ਵਾਅਦਾ ਲੈਣਾ ਆ ਜਦੋਂ ਵੀ ਤੁਹਾਡੀ ਜਦੋਂ ਵੀ ਮੈਂ ਕਹਿ ਰਿਹਾ ਤੁਹਾਡੀ ਸਰਕਾਰ ਆਏ ਤੁਹਾਡੀ ਦਾ ਮਤਲਬ ਅਕਾਲੀ ਦਲ ਅਤੇ ਬੀਜੇਪੀ ਦੀ ਆਏ ਕੀ ਤੁਸੀਂ 29 ਦੇ 29 ਮਹਿਕਮੇ ਜਿਹੜੇ ਸੰਵਿਧਾਨ ਦੇ 11ਵੇਂ ਸ਼ਡਿਊਲ ਦੇ ਵਿੱਚ ਪੰਚਾਇਤਾਂ ਨੂੰ ਦੇਣੇ ਆ ਉਹਨਾਂ ਨੂੰ ਸਸ਼ਕਤ ਕਰਨ ਲਈ ਦਿਓਗੇ ਕੀ ਤੁਸੀਂ ਇਨਸ਼ੋਰ ਕਰੋਗੇ ਕਿ ਐਕਚੁਅਲੀ ਗ੍ਰਾਮ ਸਭਾਵਾਂ ਹੋਣ ਕੀ ਤੁਸੀਂ ਸਾਰੀਆਂ ਗ੍ਰਾਮ ਸਭਾਵਾਂ ਤੋਂ ਮਨਰੇਗਾ ਦੇ ਪੈਸੇ ਜਿਹੜੇ ਆ ਰਿਲੀਜ਼ ਕਰਾਉਣ ਲਈ ਜਿਹੜੇ ਕਿ ਦਿੱਲੀਓਂ ਮਿਲਣੇ ਆ ਤੁਸੀਂ ਰੈਜ਼ੋਲੂਸ਼ਨ ਪਵਾਓਗੇ ਇੱਥੇ ਵਾਅਦਾ ਕਰੋ ਲੋਕਾਂ ਦੇਖੋ ਮੈਂ ਇਸ ਮੰਚ ਤੋਂ ਕਹਿਣਾ ਸ਼੍ਰੋਮਣੀ ਅਕਾਲੀ ਦਲ ਦੇ ਛੋਟੇ ਜਿਹੇ ਸਿਪਾਹੀ ਹੋਣ ਦੇ ਨਾਤੇ ਕਿ 73ਵੀਂ ਸੌਦ ਤੇ 74ਵੀਂ ਸੌਦ ਇਮੀਡੀਏਟ ਲਾਗੂ ਹੋਣੀ ਚਾਹੀਦੀ ਆ ਜਿਹੜੇ ਚਾਹੀਦੀ ਨਹੀਂ ਕਰੋਗੇ ਕਿ ਨਹੀਂ ਕਰੋਗੇ ਨਹੀਂ ਸਾਡੀ ਸਰਕਾਰ ਤਾਂ ਅਸੀਂ ਜਦੋਂ ਆਊਗੀ ਜਦੋਂ ਵੀ ਆਊਗੀ ਨਹੀਂ ਜਦੋਂ ਵੀ ਆਊਗੀ 100% ਬਾਦਲ ਸਾਹਿਬ ਨੇ ਜੋ ਬਾਦਲ ਸਾਹਿਬ ਨੇ ਇੱਕ ਮਿੰਟ ਪਲੀਜ਼ ਇੱਕ ਮਿੰਟ ਬੜਾ ਔਖਾ ਸਵਾਲ ਬੜਾ ਔਖਾ ਸਵਾਲ ਹੈ ਇੱਕ ਮਿੰਟ ਆ ਰਿਹਾ ਡਾਕਟਰ ਸੰਧੂ ਤੁਸੀਂ ਕਰ ਦਿਓ 29 ਮਹਿਕਮੇ ਜਿਹੜੀ ਗੱਲ ਕਰ ਦਿਓ ਤੁਸੀਂ ਕਰ ਦਿਓ ਸਰਕਾਰ ਹੈਗੀ ਆ ਤੁਸੀਂ ਕਰ ਦਿਓ ਦੇਖੋ ਮੈਂ ਪਹਿਲੀ ਗੱਲ ਕੀ ਕਹੀ ਹੈ ਕਿ ਜਿਹੜੀ ਚੀਜ਼ ਦਾ ਮੁੱਢ ਹੈ ਜਿਹੜੀ ਚੀਜ਼ ਤੋਂ ਤੁਰਨੀ ਹੈ ਕੋਈ ਵੀ ਗਵਰਨਮੈਂਟ ਉਹ ਮੁੱਢ ਤਾਂ ਇਹਨਾਂ ਨੇ ਵੱਢ ਕੇ ਇੱਕ ਪਾਸੇ ਧਰਿਆ ਪਿਆ ਸਾਰੀਆਂ ਸਰਕਾਰਾਂ ਵਾਲੇ ਮੈਂ ਕਿਸੇ ਦੀ ਇੱਥੇ ਫੇਸ ਸੇਵਿੰਗ ਨਹੀਂ ਕਰ ਰਿਹਾ ਲੇਕਿਨ ਇਹਨਾਂ ਦਾ ਕਹਿਣਾ ਜੀ ਕਾਂਗਰਸ ਨੇ ਦੇਖੋ ਕਰ ਰਹੇ ਆ ਉਹ ਭਾਈ ਠੀਕ ਹੈ ਅਸੀਂ ਕਰ ਰਹੇ ਹਾਂ ਲੋਕ ਸਾਨੂੰ ਜਾ ਕੇ ਥੱਲੇ ਲਾ ਦੇਣਗੇ ਜੇ ਤੁਹਾਨੂੰ ਲਾਇਆ ਰੌਲਾ ਕੀ ਹੈ ਕਰਨਾ ਜ਼ਰੂਰ ਹੈ ਪਰ ਨਹੀਂ ਨਹੀਂ ਕਿੱਥੇ ਕੌਣ ਕਹਿੰਦਾ ਇਹਨਾਂ ਦਾ ਕਹਿਣਾ ਸਭ ਕੁਝ ਠੀਕ ਹੈ ਜੇ ਅਕਾਲੀ ਕਰਨ ਤਾਂ ਸਰਕਾਰ ਹੈ ਜੇ ਅਸੀਂ ਕਰੀਏ
ਜੋੜਮੇਲ ਕਹੋ ਨਾਲੇ ਜੋੜ ਮੇਲਾ ਨਾ ਕਹੋ ਉਹਨੂੰ ਮੇਲਾ ਨੀ ਹੁੰਦਾ ਜੋੜ ਮੇਲ ਹੁੰਦਾ ਮੇਲਾ ਨੀ ਹੁੰਦਾ ਦੇਖੋ ਇਹੋ ਜਿਹੀ ਪਾਰਟੀ ਜਿਹੜੀ ਆਪਦੇ ਆਪ ਨੂੰ ਸਿੱਖ ਪੰਥ ਦੀ ਆਗੂ ਕਹਾਉਂਦੀ ਆ ਔਰ ਕਹਾਉਂਦੀ ਆ ਵੀ ਅਸੀਂ ਰਖਵਾਲੇ ਹਾਂ ਉਹਨਾਂ ਨੂੰ ਇੰਨੀ ਕੁ ਸਮਝ ਹੈ ਕਿ ਮੈਂ ਜੇ ਕਹਿਤਾ ਬਈ ਜੋੜ ਮੇਲ ਦੇ ਉੱਤੇ ਲੋਕ ਜਦੋਂ ਆਉਣਗੇ ਮਾੜੇ ਤੋਂ ਮਾੜੇ ਬੰਦੇ ਦੇ ਦਿਲ 'ਚ ਵੀ ਜਜ਼ਬਾ ਜਾਗਦਾ ਹੈ ਉਹ ਸੱਚਾਈ ਦਾ ਉਹ ਸ਼ਹਾਦਤ ਦਾ ਉਹਨੂੰ ਰਿਸਪੈਕਟ ਹੁੰਦੀ ਹੈ ਇਹ ਕਹਿੰਦੇ ਜਾ ਕੇ ਪਿੰਡਾਂ 'ਚ ਵੇਖ ਲਓ ਉਹ ਭਾਈ ਪਿੰਡਾਂ ਦੇ ਵਿੱਚੋਂ ਜਿਹੜੇ ਲੋਕ ਆਏ ਮੈਂ ਤਾਂ ਉਹਨਾਂ ਦੀ ਗੱਲ ਹੀ ਕਰਦਾ ਤੁਹਾਡੇ ਵਰਗੇ ਲੋਕ ਮੇਰੇ ਵਰਗੇ ਲੋਕ ਜਾਂਦੇ ਆ ਜਿਨ੍ਹਾਂ ਦਾ ਕਰੈਕਟਰ ਪਹਿਲਾਂ ਹੀ ਥੱਲੇ ਆ ਉੱਥੇ ਜਾ ਕੇ ਜਜ਼ਬਾਤੀ ਹੋਵੇ ਥੱਲੇ ਨਹੀਂ 10 ਸਾਲ ਸਰਪੰਚ ਰਿਹਾ ਗੁਰਪ੍ਰੀਤ ਸਿੰਘ ਤੁਹਾਨੂੰ ਚੈਲੰਜ ਹੈ 10 ਸਾਲਾਂ 'ਚ ਇੱਕ ਕੇਸ ਥਾਣੇ ਗਿਆ ਨਹੀਂ ਇਹਨਾਂ ਦਾ ਮਤਲਬ ਇਹ ਸੀ ਨਰਦੇਸ਼ ਆਕੜ ਦਾ ਮਤਲਬ ਇਹ ਸੀਗਾ ਪਿੰਡਾਂ ਦੇ ਵਿੱਚ ਪੈਸੇ ਸ਼ਰਾਬ ਵੰਡੀ ਜਾ ਰਹੀ ਆ ਇਹ ਮਤਲਬ ਸੀ ਨਾ ਤੁਹਾਡਾ ਇਹੀ ਮਤਲਬ ਸੀ ਇਹਨਾਂ ਦਾ ਇਹ ਮਤਲਬ ਸੀ ਨਾ ਮਤਲਬ ਸਾਡੀ ਲਾਗੂ ਨੀ ਹੋਈ ਦੂਜੀ ਗੱਲ 2006 ਦੇ ਵਿੱਚ ਨਹੀਂ ਪੰਜਾਬ ਚ ਲਾਗੂ ਹੈ ਪੰਜਾਬ ਚ ਐਕਟ ਹੀ ਇਹਦੇ ਅੰਦਰ ਜਿਹੜੀ ਦੂਜੀ ਗੱਲ 2006 ਚ ਦੋ ਮਹਿਕਮਿਆਂ ਦੇ ਕੁਛ ਦਿੱਤੇ ਸੀਗੇ ਹੈਲਥ ਤੇ ਐਜੂਕੇਸ਼ਨ ਉਹ 2013 ਚ ਵਾਪਸ ਲੈ ਲਏ ਪੰਚਾਇਤਾਂ ਤੋਂ ਜਿਹੜੇ ਅਸੀਂ 29 ਦੀ ਗੱਲ ਕਰ ਰਹੇ ਸਰਕਾਰ ਤੇ ਬਿਲਕੁਲ ਗਲਤ ਹੋਇਆ ਜੀ ਮੈਂ ਉਹ ਕਹਿਣਾ ਬਿਲਕੁਲ ਗਲਤ ਸੀ ਨਹੀਂ ਕਰਨਾ ਅਗਲੀ ਗੱਲ ਮੈਂ ਤੀਜੀ ਗੱਲ ਦੀ ਤੀਜੀ ਗੱਲ ਮੈਂ ਕਹਿਣਾ ਅਸੀਂ ਪਿੰਡ ਬਚਾਓ ਪੰਜਾਬ ਬਚਾਓ ਚ ਕਹਿ ਰਹੇ ਹਾਂ ਜੋ ਡਾਕਟਰ ਗੁਰਪ੍ਰੀਤ ਸੰਧੂ ਨੇ ਕਿਹਾ ਵੀ ਇਹ ਚੋਣਾਂ ਇਸ ਮਹੀਨੇ ਹੋਣ ਦਾ ਇੱਕ ਜ਼ਰੂਰ ਤੁਸੀਂ ਫਾਇਦਾ ਮੰਨੋ ਕਿ ਜੇ ਇਨਸਾਫ ਵਾਸਤੇ ਸ਼ਹੀਦੀਆਂ 6 ਸਾਲ ਦੇ 9 ਸਾਲ ਦੇ ਬੱਚੇ ਕੱਟ ਸਕਦੇ ਨੇ ਤੁਸੀਂ ਇਨਸਾਫ ਲੈਣ ਵਾਸਤੇ ਆਪਣੇ ਪਿੰਡ ਨੂੰ ਵਿਕਾਸ ਕਰਨ ਵਾਸਤੇ ਆਪਣਾ ਏਕਾ ਕਾਇਮ ਕਰਨ ਵਾਸਤੇ ਇਹ ਸ਼ਹੀਦੀ ਮਹੀਨੇ ਨੂੰ ਇਸ ਵਾਸਤੇ ਮੰਨੋ ਕਿ ਪੰਚਾਇਤ ਦੀਆਂ ਚੋਣਾਂ ਸੀ ਪੜ੍ਹਨ ਨਾਲ ਵਧੀਆ ਕਰਾਂਗੇ ਬਹੁਤ ਇੰਪੋਰਟੈਂਟ ਗੱਲ ਹੈ ਗਰਗ ਇੱਕ ਮੈਂ ਛੋਟਾ ਬ੍ਰੇਕ ਲੈਣਾ ਬ੍ਰੇਕ ਤੋਂ ਵਾਪਸ ਆਵਾਂਗੇ ਕਿ ਨੁਮਾਇੰਦੇ ਨਾਮਜ਼ਦ ਕੀਤੇ ਜਾ ਸਕਦੇ ਹੈ ਕਿਆ ਸਵਾਲ ਵੀ ਬੜਾ ਮਹੱਤਵਪੂਰਨ ਹੈਗਾ ਵਾਰ ਵਾਰ ਸਿਆਸਤਦਾਨ ਹੁਣ ਇਹ ਕਹਿਣਾ ਸ਼ੁਰੂ ਹੋ ਗਿਆ ਕਿ ਧੱਕੇਸ਼ਾਹੀ ਕਰਨੀ ਹੈ ਤਾਂ ਫਿਰ ਨੋਮੀਨੇਟ ਕਰ ਦਿਆ ਕਰੋ ਨਾ ਬ੍ਰੇਕ ਤੋਂ ਵਾਪਸ ਆ ਕੇ ਮਹੱਤਵਪੂਰਨ ਸਵਾਲ ਲਵਾਂਗੇ ਚਲੋ ਸਵਾਲ ਅਸੀਂ ਇਹ ਪੁੱਛ ਰਹੇ ਹਾਂ ਸਰਬਸੰਮਤੀ ਵਾਲੀਆਂ ਪੰਚਾਇਤਾਂ ਦੇ ਹੋਕੇ ਵਿੱਚ ਲੋਕਤੰਤਰ ਦਾ ਸਭ ਤੋਂ ਵੱਡਾ ਕਾਤਲ ਕੌਣ ਸਤਨਾਮ ਦਾਉ ਮੈਨੂੰ ਇਸ ਸਵਾਲ ਦਾ ਜਵਾਬ ਦਿਓ ਜਿਹੜੇ ਨੁਮਾਇੰਦੇ ਉਹ ਨੋਮੀਨੇਟ ਕਿਉਂ ਨਹੀਂ ਕੀਤੇ ਜਾ ਸਕਦੇ ਸਰ ਜੀ ਕਿਉਂਕਿ ਸਵਾਲ ਇਹ ਹੈ ਗੁਰਦਾਸਪੁਰ ਦੇ ਪਿੰਡ ਮੋਕਲ ਵਿੱਚ ਜਿਹੜਾ ਕੈਪਸੂਲ ਵਾਲੀ ਇੱਕ ਉਦਾਹਰਨ ਪੇਸ਼ ਕੀਤੀ ਗਈ ਹੈਗੀ ਹੈ ਇਹੋ ਜਿਹੀ ਉਦਾਹਰਨਾਂ ਬਾਕੀ ਥਾਵਾਂ 'ਤੇ ਹੋ ਸਕਦੀਆਂ ਦੇਖੋ ਜੀ ਹੁਣ ਇਹਨਾਂ ਫਤਿਹਗੜ੍ਹ ਸਾਹਿਬ ਦੀ ਗੱਲ ਹੋਈ ਹੈ ਕਿ ਇਹਨਾਂ ਨੂੰ ਕਿਹਾ ਕਿ ਸ਼ਰਾਬ ਵੰਡੀ ਜਾਏਗੀ ਜਾਂ ਕੁਛ ਵੀ ਕੀਤਾ ਜਾਏਗਾ ਦੋਨੋਂ ਪਾਰਟੀ ਦੇ ਨੁਮਾਇੰਦੇ ਫਤਿਹਗੜ੍ਹ ਸਾਹਿਬ ਜਾ ਕੇ ਗੁਰੂ ਸਾਹਿਬ ਦੀ ਸ਼ਰਨ 'ਚ ਇਹ ਕਹਿ ਦੇਣਗੇ ਸਾਡੀ ਪਾਰਟੀ ਦਾ ਕੋਈ ਨੁਮਾਇੰਦਾ ਪਿੰਡ ਸ਼ਰਾਬ ਨਹੀਂ ਮੰਨੇਗਾ ਭਾਵੇਂ ਅਕਾਲੀ ਆ ਭਾਵੇਂ ਕਾਂਗਰਸੀ ਆ ਇਹਨਾਂ ਦੇ ਨੁਮਾਇੰਦੇ ਦੇ ਘਰ ਗੱਡੀਆਂ ਜਾਂਦੀਆਂ ਚੋਣ ਸਮੱਗਰੀ ਜਾਂਦੀ ਹੈ ਸ਼ਰਾਬਾਂ ਦੇ ਲੰਗਰੇ ਲਾਉਂਦੇ ਆ ਇਹਨਾਂ ਨੂੰ ਫਿਕਰ ਇਸ ਗੱਲ ਦਾ ਹੈ ਕਿ ਜੇ ਸਾਡੀ ਸ਼ਰਾਬ ਫੜੀ ਗਈ ਤਾਂ ਅਸੀਂ ਬਦਨਾਮ ਹੋ ਜਾਵਾਂਗੇ ਇਹਨਾਂ ਨੂੰ ਇਸ ਗੱਲ ਦਾ ਫਿਕਰ ਨਹੀਂ ਕਿ ਅਸੀਂ ਸ਼ਰਾਬ ਨਹੀਂ ਵੰਡਣੀ ਅਸੀਂ ਨਸ਼ੇ ਨਹੀਂ ਵੰਡਣੇ ਅਸੀਂ ਲੋਕਾਂ ਨੂੰ ਮਿਠਾਈ ਦੇ ਡੱਬੇ ਨਹੀਂ ਵੰਡਣੇ ਇਹਨਾਂ ਨੂੰ ਫਿਕਰ ਇਹ ਕਿ ਅਸੀਂ ਕਿਤੇ ਬਦਨਾਮ ਨਾ ਹੋ ਜਾਈਏ ਉੱਥੇ ਜਾ ਕੇ ਸੌਂਹ ਖਾਣ ਕਿ ਸਾਡੇ ਨੁਮਾਇੰਦੇ ਸ਼ਰਾਬ ਨਹੀਂ ਵੰਡਣਗੇ ਭਾਵੇਂ ਅਕਾਲੀ ਹੈ ਭਾਵੇਂ ਕਾਂਗਰਸੀ ਹੈ ਪੰਜਾਬ ਦੇ ਮੇਰੇ ਖਿਆਲ 5% ਜਾਂ 1% ਅਜਿਹੇ ਪਿੰਡ ਨਹੀਂ ਹੈ ਜਿੱਥੇ ਇਹਨਾਂ ਅਕਾਲੀ ਪਾਰਟੀਆਂ ਜਾਂ ਕਾਂਗਰਸੀ ਪਾਰਟੀਆਂ ਨੁਮਾਇੰਦੇ ਦੇ ਘਰਾਂ 'ਚ ਸ਼ਰਾਬ ਦੀਆਂ ਗੱਡੀਆਂ ਨਾ ਜਾਂਦੀਆਂ ਹੋਣ ਬੱਕਰੇ ਨਾ ਉੱਥੇ ਵੱਢੇ ਜਾਂਦੇ ਹੋਣ ਮੁਰਗੇ ਨਾ ਜਾਂਦੇ ਹੋਣ ਮੈਂ ਆਪਣੇ ਪਿੰਡ 'ਚ ਪਹਿਲੀ ਵਾਰ ਕੀਤਾ ਕਿ ਮੇਰੇ ਪਿੰਡ ਦੇ ਵਿੱਚ ਕਿਸੇ ਨੁਮਾਇੰਦੇ ਦੇ ਘਰ 'ਚ ਸ਼ਰਾਬ ਆ ਗਈ ਕਿਸੇ ਪੋਲੀਟੀਕਲ ਪਾਰਟੀ ਦੀ ਨਸ਼ੇ ਵੰਡੇ ਗਏ ਲਿਆ ਵੀਡੀਓ ਖਿੱਚ ਕੇ ਭੇਜੋ ਅਸੀਂ ਉਹਨੂੰ ਹਾਈਲਾਈਟ ਕਰਾਂਗੇ ਮੈਂ ਆਪਣੇ ਪਿੰਡ 'ਚ ਕੀਤਾ ਤੁਹਾਡੇ ਪਿੰਡ ਵਾਲੇ ਤੁਹਾਡੇ ਸੁਣਦੇ ਪਏ ਹਾਂ ਬਿਲਕੁਲ ਸੁਣਦੇ ਆ ਮੈਂ ਆਪਣੇ ਯੂਥ ਕਲੱਬ ਦੇ ਕੁਝ ਫਰਕ ਪਿਆ ਬਿਲਕੁਲ ਫਰਕ ਪਿਆ ਹੁਣ ਚੋਰੀ ਵੰਡੀ ਜਾਏਗੀ ਸ਼ਰਿਆਮ ਨਹੀਂ ਵੰਡੀ ਜਾਏਗੀ ਰਾਤ ਨੂੰ 12 ਵਜੇ ਵੰਡੀ ਜਾਏਗੀ ਪਰ ਜਿੱਦਾਂ ਇਹ ਦੋਨੋਂ ਪਾਰਟੀਆਂ ਲੰਗਰ ਲਗਾਉਂਦੀ ਸਵੇਰੇ ਸ਼ਾਮ ਨੂੰ 6 ਵਜੇ 10 ਵਜੇ ਤੱਕ ਜਾਂ ਹੁਣ ਆਪਾਂ ਨੂੰ ਲੰਗਰ ਨਾ ਕਹੀ ਤਾਂ ਜ਼ਿਆਦਾ ਬਿਹਤਰ ਮੇਰੇ ਪਿੰਡ ਲੰਗਰ ਨਾ ਕਹੀ ਲੰਗਰ ਨਾ ਕਹੀ ਪ੍ਰਸਮਜੀਤ ਸਿੰਘ ਜਿਹੜਾ ਸਤਨਾਮ ਦਾਊ ਨੇ ਇੱਕ ਗੱਲ ਕਹੀ ਹੈ ਕਿ ਸ਼ਰਾਬ ਵੰਡੀ ਜਾ ਰਹੀ ਹੈ ਇਸ ਕਰਕੇ ਪਾਰਟੀਆਂ ਨੂੰ ਆਪਦੇ ਆਪ ਨੂੰ ਸੇਫਰ ਸਾਈਡ ਕਰਨ ਦੀ ਕੋਸ਼ਿਸ਼ ਕਰਦੀਆਂ ਪਈਆਂ ਇਹੀ ਪੋਲੀਟੀਕਲ ਪਾਰਟੀਆਂ ਜਦੋਂ ਸੱਤਾ ਤੋਂ ਬਾਹਰ ਹੁੰਦੀਆਂ ਤਾਂ ਕਹਿੰਦੀਆਂ ਨੋਮੀਨੇਟ ਕਰ ਦਿਓ ਇਹਦਾ ਮਤਲਬ ਕੀ ਹੈ
ਮੇਰਾ ਖਿਆਲ ਹੈ ਕਿ ਉਹਨਾਂ ਨੂੰ ਇੱਕ ਕਿਸਮ ਦਾ ਇਹ ਤਾਂ ਪੋਲੀਟੀਕਲ ਪਲਾਏ ਹੈਗਾ ਆ ਨੰਬਰ 1 ਤੇ ਵੈਸੇ ਹੀ ਦੂਸਰੇ ਨੂੰ ਢਾਉਣ ਲਈ ਕਿਉਂਕਿ ਜੀ ਸਾਡੇ ਨਾਲ ਬਹੁਤ ਧੱਕਾ ਹੋ ਰਿਹਾ ਇਸ ਕਰਕੇ ਤੁਸੀਂ ਨੋਮੀਨੇਟ ਕਰ ਦਿਓ ਇਹ ਉਹਨਾਂ ਦਾ ਆਰਗੂਮੈਂਟ ਆ ਪਰ ਇਹ ਕੌਣ ਕਰ ਸਕਦਾ ਕਿਵੇਂ ਕਰ ਸਕਦਾ ਐਕਟ ਅਮੈਂਡਮੈਂਟ ਕਰਨਾ ਪਊਗਾ ਜੇ ਤੁਸੀਂ ਕਰਨਾ ਤੁਸੀਂ ਕਹੋਗੇ ਐਕਟ ਅਮੈਂਡਮੈਂਟ ਕਰੋ ਉਹ ਨਹੀਂ ਕੋਈ ਕਹਿੰਦਾ ਉਹ ਇੱਕ ਕਿਸਮ ਦਾ ਦੂਜੇ ਨੂੰ ਕਾਰਨਰ ਕਰਨ ਲਈ ਕਹਿੰਦੇ ਆ ਰਹੀ ਗੱਲ ਜਿੱਥੋਂ ਤੱਕ ਧੱਕੇ ਦੀ ਵੇ ਵਾਕਿਆ ਹੀ ਗੱਲ ਆ ਕਿ ਜੇ ਇਹਨਾਂ ਪਾਰਟੀਆਂ ਨੇ ਇਹ ਬੈਠੇ ਪਾਰਟੀਆਂ ਦੇ ਨੁਮਾਇੰਦੇ ਜੇ ਨਾ ਥੋੜ੍ਹਾ ਬਹੁਤ ਵੀ ਸੁਧਰਿਆ ਲੋਕਾਂ ਦੇ ਵਿੱਚ ਮੈਂ ਅੱਜ ਪਿੰਡੋ ਪਿੰਡੀ ਇੱਕ ਨਵਾਂ ਫਨੋਮਨਾ ਦੇਖਿਆ ਕੰਢੀ ਦੇ ਪਿੰਡਾਂ 'ਚ ਪਿੰਡਾਂ ਦੇ ਵਿੱਚੋਂ 150-200 ਘਰ ਇਹੋ ਜਿਹੜੇ ਬਾਹਰ ਚਲੇ ਗਏ ਮੁੰਡੇ ਉਹਨਾਂ ਦੇ ਇੱਕ ਪਿੰਡ ਦੇ ਵਿੱਚ 10 ਘਰਾਂ ਦੇ ਵਿੱਚ ਜਿੰਦਰੇ ਲੱਗੇ ਹੋਏ ਅਸੀਂ ਦੁਆਬੇ 'ਚ ਸੁਣਦੇ ਸੀ ਕੰਢੀ ਦੇ ਪਿੰਡ 'ਚ ਨਹੀਂ ਕਦੀ ਸੁਣਦੇ ਅਸੀਂ ਜਾ ਕੇ ਪੁੱਛਿਆ ਉਹ ਪਿੰਡ ਸਾਡੇ ਉੱਜੜ ਰਹੇ ਆ ਬਿਲਕੁਲ ਕਿਸੇ ਨੇ ਪੰਚਾਇਤਾਂ ਪੰਜੂਤਾਂ ਨਹੀਂ ਪੁੱਛਣੀਆਂ ਉਹ ਕਈ ਜਗ੍ਹਾ 'ਤੇ ਪੰਚਾਇਤਾਂ ਇਸ ਕਰਕੇ ਹੋ ਗਿਆ ਕਿਸੇ ਦੀ ਦਿਲਚਸਪੀ ਨਹੀਂ ਪੰਚਾਇਤਾਂ ਦੇ ਵਿੱਚ ਕਈਆਂ ਦੇ ਜਗ੍ਹਾ ਇਸ ਜਗ੍ਹਾ ਸਰਬਸੰਮਤੀ ਹੋ ਗਈ ਕਿ ਚਲੋ ਇੱਕ ਬਰਾਦਰੀ ਹੈ ਪਰ ਜੇ ਇਸ ਕਿਸਮ ਨਾਲ ਧੱਕੇ ਛਾਈ ਔਰ ਇਹਨਾਂ ਨੂੰ ਨਿਗੂਣਾ ਕਰ ਦਿੱਤਾ ਪੰਚਾਇਤਾਂ ਨੂੰ ਆ ਸਾਡੇ ਮਨੌਲੀ ਪਿੰਡ ਦੇ ਸਰਪੰਚ ਅਵਤਾਰ ਸਿੰਘ ਉਹਨਾਂ ਦੀ ਵਾਈਫ ਖੜੀ ਹੈ ਸਰਪੰਚ ਗਏ ਉੱਥੇ ਪਾਸ ਲੱਗ ਗਿਆ ਲਿਸਟ ਸਕਰੂਟਰੀ ਵਾਲੇ ਦਿਨ ਲਿਸਟ ਲਾ ਤੀ ਸ਼ਾਮ ਨੂੰ 9 ਵਜੇ ਕਿ ਹਾਂਜੀ ਤੁਹਾਡੇ ਪੇਪਰ ਠੀਕ ਆ ਤੁਸੀਂ ਆਪਣੇ ਜਿਹੜੇ ਕਵਰਿੰਗ ਕੈਂਡੀਡੇਟ ਆ ਉਹ ਵਿਦਡਰਾਅ ਕਰ ਲਓ ਉਹਨਾਂ ਨੇ ਦੋਵੇਂ ਕੈਂਡੀਡੇਟ ਵਿਦਡਰਾਅ ਕਰ ਲਏ ਅਗਲੇ ਦਿਨ ਜਿਹੜਾ ਚੋਣ ਨਿਸ਼ਾਨ ਦੇਣਾ ਮਨਾ ਕਰਦਾ ਕਹਿੰਦੇ ਤੁਹਾਡੇ ਪੇਪਰ ਪੂਰੇ ਨਹੀਂ ਇਸ ਤਰੀਕੇ ਨਾਲ ਇਸ ਮਤਲਬ ਕੋਈ ਉਹ ਫਿਰ ਜਾ ਕੇ ਚੋਣ ਕਮਿਸ਼ਨ ਨੂੰ ਮਿਲੇ ਵੀ ਆਹ ਕੀ ਹੋਇਆ ਸਾਡੇ ਪੇਪਰ ਲਿਸਟ 'ਚ ਨਾ ਲੱਗ ਗਿਆ ਇਹੋ ਜਿਹੀ ਐਗਜ਼ਾਮਪਲ ਇਸ ਸਾਲ ਹੀ ਮਿਲੀਆਂ ਹਰ ਸਾਲ ਹੁੰਦੀਆਂ ਲਗਾਤਾਰ ਹੁੰਦੀਆਂ ਇਹ ਕਹਿੰਦੇ ਜਿਹੜਾ ਬੇਬੀ ਕਾਂਗਰਸ ਦਾ ਬੇਬੀ ਕਿਸੇ ਦਾ ਵੀ ਹੋਵੇ ਇਸ ਬੇਬੀ ਨੂੰ ਦੋਵਾਂ ਪਾਰਟੀਆਂ ਨੇ ਰੱਜ ਕੇ ਨਰਚਰ ਕੀਤਾ ਤੇ ਹੁਣ ਉਹ ਇੱਕ ਦੈਂਤ ਬਣ ਗਿਆ ਉਹ ਬੇਬੀ ਜਿਹੜਾ ਇਹਨਾਂ ਨੂੰ ਹੀ ਮੈਨੂੰ ਲੱਗਦਾ ਕਿਸੇ ਦਿਨ ਅੱਖਾਂ ਦਿਖਾਊਗਾ ਨਰਿੰਦਰ ਸਿੰਘ ਆਕੜੀ 13,000 ਤਕਰੀਬਨ ਪਿੰਡ ਹੈਗੇ ਪੰਜਾਬ ਦੇ ਤੁਹਾਡੇ ਕਿੰਨੇ ਪਿੰਡਾਂ ਦੇ ਵਿੱਚ ਸਰਪੰਚ ਸੀ ਤੁਹਾਡੇ ਅੰਦਾਜ਼ਾ ਕੋਈ ਕਦੋਂ ਪਿਛਲੀ ਪਿਛਲੇ ਸਾਲਾਂ ਨਹੀਂ ਦੇਖੋ ਇਹ ਕੋਈ ਸਿੰਬਲ ਤੇ ਤਾਂ ਚੋਣਾਂ ਲੜੀਆਂ ਨਹੀਂ ਜਾਂਦੀਆਂ ਸਰਕਾਰ ਦਾ ਹੁੰਦਾ ਨਾ ਹਮਾਇਤੀ ਹੈ ਦੇਖੋ ਇਹ ਗੱਲ ਚੰਡੀ ਦਾ ਪਤਾ ਹੁੰਦੀ ਨਾ ਕਿੰਦੀ ਚੰਡੀ ਦੇ ਇਹ ਗੱਲ ਐਡਮਿਟ ਕਰਨ 'ਚ ਕੋਈ ਗਰਜ ਨਹੀਂ ਕਿ ਰੂਲਿੰਗ ਪਾਰਟੀ ਦੀ ਬਹੁ ਗਿਣਤੀ ਸਰਪੰਚਾਂ 'ਚ ਪਕੜ ਬਣਦੀ ਹੈ ਇਹ ਪਾਰਟੀ ਦੀਆਂ ਚੋਣਾਂ ਨਹੀਂ ਹੁੰਦੀਆਂ ਫਿਰ ਤਾਂ ਕਾਂਗਰਸ ਦੇ ਦੋਸ਼ ਹੀ ਨਹੀਂ ਤਾਂ ਮਤਲਬ ਸਰਕਾਰ ਹੁੰਦੀ ਫਿਰ ਕਾਂਗਰਸ ਦੋਸ਼ ਹੀ ਨਹੀਂ ਹੁੰਦੀ ਇਹ ਆਪਾਂ ਵਿਰੋਧ ਸਵਾਲ ਕਰ ਰਹੇ ਆਪਾਂ ਵਿਰੋਧ ਕਹੋ ਤੇ ਪਹਿਲੇ ਕਾਂਗਰਸ ਦੀਆਂ ਕੋ ਸਮਝਣੀ ਤੁਸੀਂ ਮੇਰੀ ਗੱਲ ਪੂਰੀ ਹੋਣ ਦੇ ਸਤਾਰਾ ਸਿੰਘ ਜਿਹੜੀ ਮੈਂ ਗੱਲ ਕਹਿਣਾ ਪ੍ਰਭਾਵ ਹੁੰਦਾ ਲੋਕਾਂ ਦੇ ਕਿ ਸਰਕਾਰ ਹੈ ਸਰਕਾਰ ਤੁਹਾਡੇ ਪ੍ਰਭਾਵ ਵਾਲੇ ਕਿੰਨੇ ਕੁ ਸਰਪੰਚ ਸੀਗੇ ਮੈਂ ਉਸ ਤਰੀਕੇ ਨਾਲ ਸਵਾਲ ਕਰ ਲੈਣਾ ਨਹੀਂ ਸਾਡੇ ਮੈਂ ਤਾਂ ਕਹਿ ਰਿਹਾ ਤੁਹਾਡੇ ਪ੍ਰਭਾਵ ਵਾਲੇ 70% ਹੈਗੇ ਸੀਗੇ ਹੈਗੇ ਸੀ ਜੀ 70% ਹੈਗੇ ਸਰਕਾਰ ਪਰ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਆਜ਼ਾਦੀ ਤੋਂ ਬਾਅਦ ਆਕੜੀ ਪਿੰਡ ਦੇ ਵਿੱਚ ਪਹਿਲੀ ਵਾਰ ਸਰਬਸੰਮਤੀ ਹੋਈ ਆ ਜਿਹਦਾ ਸਿਰਾ ਨਰਦੇਵ ਸਿੰਘ ਆਕੜੀ ਨੂੰ ਪੂਰੇ ਚਲੋ ਦੇ ਦਿੰਦੇ ਆ ਤੁਹਾਨੂੰ ਅਸੀਂ ਸਰਬਸੰਮਤੀ ਪਾਰਟੀ ਤੋਂ ਉੱਤੇ ਉੱਠ ਕੇ ਬਣਾਈ ਹੈ ਉਹ ਚ ਕੋਈ ਸਰਕਾਰ ਦਾ ਨਹੀਂ ਕੋਈ ਅਕਾਲੀ ਦਲ ਦਾ ਡਟ ਗੁਰਪ੍ਰੀਤ ਸੰਧੂ ਜੋ ਤੁਹਾਡੀ ਹੁਣ ਸਰਕਾਰ ਹੈਗੀ ਹੈ ਤੁਹਾਡਾ ਸਰਕਾਰੀ ਮਸ਼ੀਨਰੀ ਤੁਹਾਡੇ ਕੋਲ ਹੈਗੇ ਤੁਹਾਡੇ ਤੇ ਇਲਜ਼ਾਮ ਲੱਗਦੇ ਪਏ ਹੈਗੇ ਬਹੁਤ ਵੱਡੇ ਇਹ ਜੇ 70% ਮੰਨਦੇ ਪਏ ਹੈਗੇ ਮੈਨੂੰ ਨਹੀਂ ਪਤਾ ਕਿੰਨੇ ਸੀਗੇ ਡਟ ਗਰਗ ਤੋਂ ਪੁੱਛ ਲਾਂਗੇ ਇਹਨਾਂ ਕੋਲ ਆਂਕੜੇ ਬਹੁਤ ਹੁੰਦੇ ਆ ਤੁਹਾਡੇ ਕਿੰਨੇ ਪਿੰਡਾਂ ਦੇ ਵਿੱਚ ਸਰਪੰਚ ਤੁਹਾਡੇ ਆ ਜਾਣਗੇ ਤੁਹਾਡੇ ਪ੍ਰਭਾਵ ਵਾਲੇ ਮੈਂ ਸਵਾਲ ਉਸ ਤਰੀਕੇ ਨਾਲ ਕਰ ਦਿੰਦਾ ਦੇਖੋ ਜੀ ਪਹਿਲੀ ਗੱਲ ਤਾਂ ਇਹ ਜਿਹੜੀ ਹੈ ਨਾ ਵੀ ਪਾਰਟੀਆਂ ਨਹੀਂ ਹੁੰਦੀਆਂ ਹੈਗੀਆਂ ਇਹ ਤਾਂ ਸਿਰਫ ਡਰਾਮਾ ਹੈ ਹੁੰਦੀਆਂ ਪਾਰਟੀਆਂ ਹੀ ਹੈ ਹਰ ਇੱਕ ਕੈਂਡੀਡੇਟ ਅਕਾਲੀ ਹੈ ਅਤੇ ਜਾਂ ਕਾਂਗਰਸੀ ਹੈ ਪਹਿਲੀ ਗੱਲ ਕਹੀ ਗਈ ਸੀ ਵੀ ਵੰਡ ਕਰਤੀ ਇੱਕ ਪਾਸੇ ਅਕਾਲੀ ਸਰਪੰਚ ਆ ਅਗਲੀ ਵਾਰੀ ਕਾਂਗਰਸ ਦਾ ਸਰਪੰਚ ਲੜਾਈ ਇਹਨਾਂ ਨੇ ਡਿਵਾਈਡ ਐਂਡ ਰੂਲ ਵਾਲਾ ਕੀਤਾ ਥਰੂ ਆਊਟ ਇਸ ਡੈਮੋਕਰੇਸੀ ਕੋਈ ਨਹੀਂ ਮੈਂ ਨਹੀਂ ਮੰਨਦਾ ਡੈਮੋਕਰੇਸੀ ਸਭ ਤੋਂ ਜਿਹੜੀ ਜ਼ਰੂਰੀ ਗੱਲ ਹੈ ਕਿ ਜਿੱਥੇ ਜਿੱਥੇ ਸਰਬਸੰਮਤੀ ਹੋਈ ਹੈ ਉੱਥੇ ਹੋਇਆ ਕੀ ਆ ਤੁਹਾਨੂੰ ਮੈਂ ਆਪਦਾ ਪਰਸਨਲ ਐਗਜ਼ਾਮਪਲ ਇੱਕ ਦੇ ਦਿੰਦਾ ਅੰਮ੍ਰਿਤਸਰ ਦੇ ਵਿੱਚ ਡੈਨੀ ਦੇ ਏਰੀਏ ਦੇ ਵਿੱਚ MLA ਦੇ ਵਿੱਚ ਇੱਕ ਕੈਂਡੀਡੇਟ ਸੀਗਾ ਜਿਹੜਾ ਪਿਛਲੀ ਵਾਰੀ ਅਕਾਲੀਆਂ ਦੇ ਪ੍ਰਭਾਵ ਦਾ ਸਰਪੰਚ ਸੀ ਲੇਕਿਨ ਉਹ ਸਰਪੰਚ ਚੰਗਾ ਸੀ ਔਰ ਉਹਨੇ ਜਾ ਕੇ ਅਪਰੋਚ ਕੀਤਾ MLA ਨੂੰ ਵੀ ਮੈਂ ਸਰਬਸੰਮਤੀ ਨਾਲ ਬਣਿਆ ਸੀ ਜੀ ਅਤੇ ਐਤਕੀ ਮੇਰੇ ਉਲਟ ਆਹ ਜਿਹੜਾ ਤੁਸੀਂ ਖੜ੍ਹਾ ਕਰ ਰਹੇ ਹੋ ਬੰਦਾ ਇਹ ਬੰਦਾ ਠੀਕ ਨਹੀਂ ਗਾ ਪਿੰਡ ਵਾਲੇ ਵੀ ਸਾਰੇ ਅਸੀਂ ਇਹਨੂੰ ਮੰਨਦੇ ਨਹੀਂ ਗੇ ਇਹ ਬੰਦਾ ਗਲਤ ਹੈ ਠੀਕ ਹੈ ਜੀ ਉਹ ਬੰਦੇ ਕਹਿੰਦਾ ਵੀ ਸਾਡੇ ਭਾਈ ਡਿਸਟ੍ਰਿਕਟ ਲੈਵਲ 'ਤੇ ਫੈਸਲਾ ਹੋਇਆ ਸਾਡਾ ਤਾਂ ਇਹੀ ਕੈਂਡੀਡੇਟ ਹੈ ਉਹ ਬੰਦੇ ਦੀ ਗੱਲ ਮੇਰੇ ਕੋਲ ਮੈਂ ਤੁਹਾਨੂੰ ਵਿਖਾ ਦਿੰਦਾ ਮੇਰੇ ਕੋਲ ਮੈਸੇਜ ਆਇਆ ਕਿ ਆਹ ਜੰਡਿਆਲਾ ਗੁਰੂ ਹਲਕੇ ਦੀ ਗੱਲ ਕਰਦੇ ਜੀ ਜੰਡਿਆਲਾ ਗੁਰੂ ਠੀਕ ਹੈ ਅਤੇ ਮੈਂ ਉੱਥੇ ਉਹਨੂੰ ਫੋਨ ਕੀਤਾ ਡੈਨੀ ਨੂੰ ਮੈਂ ਕਿਹਾ ਬੇਟਾ ਗੱਲ ਸਿੱਧੀ ਜੀ ਇਹ ਹੈ ਵੀ ਅਕਾਲੀ ਹੋਵੇ ਜਾਂ ਕੋਈ ਹੋਵੇ ਸਰਪੰਚ ਜੇ ਚੰਗਾ ਹੈ ਅਤੇ ਤੇਰੇ ਨਾਲ ਜੁੜਦਾ ਹੈ ਅਤੇ ਗਾਹ ਤੇਰੇ ਇਲਾਕੇ ਦੀ ਤਰੱਕੀ ਕਰਾਉਂਦਾ ਫਾਇਦਾ ਤਾਂ ਤੈਨੂੰ ਹੈ ਅਤੇ ਤੂੰ ਜ਼ਰੂਰ ਕੈਂਡੀਡੇਟ ਖੜਾ ਕਰਨਾ ਸਰਬਸੰਮਤੀ ਮਿਲਦੀ ਤੈਨੂੰ ਇੱਕ ਪੰਚਾਇਤ ਮਿਲਦੀ ਹੈ ਫਿਰ ਕੀ ਹੋਗਾ ਜੇ ਅਕਾਲੀਆਂ ਦੇ ਰਾਜ 'ਚ ਵੀ ਸਰਪੰਚ ਸੀਗਾ ਕੰਮ ਤਾਂ ਚੰਗਾ ਕੀਤਾ ਉਹ ਬਣਦਾ ਸਰਪੰਚ ਬਣ ਗਿਆ ਸਰਬਸੰਮਤੀ ਨਾਲ ਗੱਲ ਸਿਰਫ ਇਹ ਹੈ ਪਾਰਟੀ ਪੱਧਰ ਤੋਂ ਉੱਪਰ ਉੱਠਣਾ ਪਊਗਾ ਬਿਲਕੁਲ ਬਿਲਕੁਲ ਇਹ ਜਿਹੜੀ ਹੈ ਨਾ ਮੈਂ ਕਹਿ ਦੇਣਾ ਵੀ ਉੱਥੇ ਪਾਰਟੀਆਂ ਨਹੀਂ ਹੁੰਦੀਆਂ ਕਰਕੇ ਦਿਖਾਓ ਵੀ ਪਾਰਟੀਆਂ ਨਹੀਂ ਹੁੰਦੀਆਂ ਪਿੰਡਾਂ 'ਚ ਜਾ ਕੇ ਪਿੰਡਾਂ 'ਚ ਚਲੋ ਮੈਂ ਚੱਲਦਾ ਤੁਸੀਂ ਕਿਹਾ ਸੀ ਡੈਮੋਕ੍ਰੇਸੀ ਨੂੰ ਮੈਂ ਨਹੀਂ ਮੰਨਦਾ ਨਹੀਂ ਨਹੀਂ ਇੱਕ ਮਿੰਟ ਇਸ ਡੈਮੋਕ੍ਰੇਸੀ ਨੂੰ ਤਾਂ ਮੰਨਦੇ ਹੋ ਨਾ ਨਹੀਂ ਇਹ ਡੈਮੋਕ੍ਰੇਸੀ ਨਹੀਂ ਸੀ ਇਹ ਇੱਕ ਇੰਡੀਵਿਜੂਅਲ ਦਾ ਅੰਦਰੋਂ ਜ਼ਮੀਰ ਜਾਗਿਆ ਕਿ ਉਹਨੇ ਹੁਣ ਬਣਾਤਾ ਇਹ ਕੋਈ ਡੈਮੋਕ
ਪੰਚਾਇਤ ਦੀਆਂ ਇਲੈਕਸ਼ਨਾਂ 'ਚ ਘੱਟੋ ਘੱਟ ਭਾਈਚਾਰੇ ਨਾਲ ਸਰਬਸੰਮਤੀ ਨਾਲ ਕਰਿਆ ਕਰੋ, ਸਾਡਾ ਕੋਈ ਕੈਂਡੀਡੇਟ ਤੁਹਾਡੇ 'ਚੋਂ ਔਰ ਕਾਂਗਰਸ ਦਾ ਕੋਈ ਕੈਂਡੀਡੇਟ ਨਹੀਂ, ਆਪੇ ਰਲ ਕੇ ਔਰ ਗ੍ਰਾਮ ਸਭਾਵਾਂ ਕਰਾਓ, ਪਿੰਡਾਂ ਦਾ ਖਿਆਲ ਰੱਖੋ, ਚਲੋ ਆਪਾਂ ਚੱਲਦੇ ਹਾਂ, ਸਾਰੀਆਂ ਪਾਰਟੀਆਂ ਚੱਲਦੇ ਹਾਂ, ਠੀਕ ਹੈ, ਮੈਂ ਚੱਲਦਾ ਜੱਟ ਪੈ ਲੱਗਾ, ਜਾਣ ਨੂੰ ਤਿਆਰ ਹੈ ਕੋਈ? ਇਹਦੀ ਗੁੰਡਾਗਰਦੀ ਉੱਥੇ ਸ਼ੁਰੂ ਹੁੰਦੀ ਹੈ, ਨਹੀਂ ਚੱਲਣਾ ਚਾਹੀਦਾ ਹੈ, ਸਰਪੰਚ ਹੱਕ ਚਾਹੇ ਇਸ ਗੱਲ ਦੇ, ਇਹ ਸਾਰੇ ਕਹਿ ਰਹੇ ਵੀ ਅਸੀਂ ਇਕੱਠੇ ਤੁਰਨ ਨੂੰ ਤਿਆਰ ਹੈਗੇ ਆ, ਇਕੱਠੇ ਤੁਰ ਸਕਦੇ ਆ, ਪਹਿਲਾ ਸਵਾਲ। ਦੂਜਾ ਸਵਾਲ ਇਹ ਹੈ ਕਿ ਚੂਲਾ ਟੈਕਸ ਦਾ ਮੈਂ ਵਾਰ ਵਾਰ ਜ਼ਿਕਰ ਕਰ ਰਿਹਾ ਸੀਗਾ, ਚੂਲਾ ਟੈਕਸ ਦਾ ਮਾਮਲਾ ਕੋਰਟ ਦੇ ਵਿੱਚ ਪਹੁੰਚ ਚੁੱਕਿਆ, ਕੋਰਟ ਨੇ ਕਿਹਾ ਵੀ ਸਾਰਾ ਕੁਝ ਇਨਕੁਆਇਰੀ ਹੋਣੀ ਚਾਹੀਦੀ, ਜਾਂਚ ਹੋਣੀ ਚਾਹੀਦੀ ਹੈ। ਸਵਾਲ ਇਹ ਹੈਗਾ, ਛੋਟੀਆਂ ਛੋਟੀਆਂ ਗੱਲਾਂ 'ਚ ਅਸੀਂ ਉਲਝੇ ਪਏ ਹਾਂ, ਅਸੀਂ ਪਿੰਡਾਂ ਦੀ ਭਾਈਚਾਰਕ ਸਾਂਝ ਦੀ ਗੱਲ ਕਰਦੇ ਹਾਂ, ਸਾਡੇ 'ਤੇ ਵੱਡੇ ਵੱਡੇ ਸੁਨੇਹ ਲਾਉਂਦੇ ਆ ਕਿ ਪੰਜਾਬੀਆਂ ਨਾਲ ਵੱਡਾ ਭਾਈਚਾਰਾ ਕਿਸੇ ਦਾ ਨਹੀਂ ਹੈਗਾ, ਇਹ ਬੜੇ ਇਕੱਠੇ ਆ, ਬੜੇ ਅਣਖੀ ਆ, ਇਹ ਅਣਖ ਹੈ ਜਿਹੜੀ ਸਾਡੀ ਭੰਨਣ ਦੀ ਕੋਸ਼ਿਸ਼ ਕੀਤੀ ਜਾ ਰਹੀ, ਅਣਖ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ, ਬਿਲਕੁਲ ਤੋੜਨ ਦੀ ਕੋਸ਼ਿਸ਼ ਕਰੀ ਜਾ ਰਹੀ ਹੈ, ਤਾਂ ਕਿ ਲੋਕ ਜਾਤੀਆਂ ਦੇ ਖਿਲਾਫ ਨਾ ਬੋਲਣ। 1.25 ਲੱਖ, 1.5 ਲੱਖ, 1.5 ਲੱਖ ਨੌਜਵਾਨ ਪੰਜਾਬ ਦਾ, ਜੋ ਪ੍ਰੋਫੈਸਰ ਸਾਹਿਬ ਨੇ ਜਿਵੇਂ ਕਿਹਾ ਉਹ ਬਾਹਰ ਚਲਾ ਗਿਆ, ਇੱਥੇ ਜਿੰਦੇ ਲੱਗਣੇ ਸ਼ੁਰੂ, ਅਸੀਂ ਪਿੰਡ ਬਚਾਓ ਪੰਜਾਬ ਬਚਾਓ ਐਵੇਂ ਨਹੀਂ ਚਲਾਈ, ਜੇ ਪਿੰਡ ਨਾ ਬਚੇ ਪੰਜਾਬ ਦੇ, ਜਿਹੜੇ ਨਹੀਂ ਬਚ ਰਹੇ ਅੱਜ ਭਾਈਚਾਰਾ ਉਹਨਾਂ ਦਾ ਨਹੀਂ ਰਿਹਾ, ਅੱਜ ਜਿਹੜੇ ਸੁਈਸਾਈਡ ਕਰ ਰਹੇ ਨੇ ਉਹਨਾਂ ਦਾ ਮੋਢਾ ਦੇਣ ਨੂੰ ਉਹਨੂੰ ਕੋਈ ਤਿਆਰ ਨਹੀਂ ਹੈ ਵੀ ਭਾਈ ਮੇਰੀ ਗੱਲ ਹੀ ਸੁਣ ਲੈਣ। ਇਹ ਕਹਿੰਦੇ ਨੇ ਦੋਨੇ ਪਾਰਟੀਆਂ ਦਾ ਬਣਿਆ ਹੋਇਆ ਸੁਈਸਾਈਡ ਦੇ ਵਾਸਤੇ, ਸੁਈਸਾਈਡ ਵਿਕਟਮ ਨੂੰ ਵੀ ਕੀ ਬੈਨੀਫਿਟ ਮਿਲਣੇ ਨੇ ਦੋਹਾਂ ਪਾਰਟੀਆਂ 'ਚ, 10 ਦਿਨ ਕਿਹਨੇ ਦਿੱਤੇ ਨੇ? ਮਨਰੇਗਾ ਦੇ ਅੰਡਰ ਪੰਜਾਬ ਦੇ ਵਿੱਚ ਸੈਂਕੜੇ ਕਰੋੜਾਂ ਰੁਪਈਆ ਆ ਸਕਦਾ, 28 ਲੱਖ ਬੰਦਿਆਂ ਨੂੰ ਰੁਜ਼ਗਾਰ ਮਿਲ ਸਕਦਾ, 28 ਲੱਖ ਨੂੰ ਮਨਰੇਗਾ ਦਾ ਰੁਜ਼ਗਾਰ, ਅਤੇ ਉਹਦੇ 'ਤੇ 75,000 ਬੰਦਿਆਂ ਨੂੰ ਵਾਈਟ ਕਾਲਰ ਜੋਬ ਮਿਲਣਾ, ਕੋਈ JEE ਦਾ, ਕੋਈ ਕੰਪਿਊਟਰ ਦਾ, ਕੋਈ ਮੇਟ ਦਾ, ਇਹਨਾਂ ਦੋਹਾਂ ਪਾਰਟੀਆਂ ਨੇ ਨਹੀਂ ਦਿੱਤਾ। ਆ ਪੈਸਾ ਵੀ ਸੈਂਟਰ 'ਚੋਂ ਆਉਣਾ, ਬਹਾਨਾ ਵੀ ਕੋਈ ਨਹੀਂ, ਵੀ ਪੈਸਾ ਕਿੱਥੋਂ ਲਈਏ ਜੀ? ਇਹਦੇ ਨਾਲ ਵਿਕਾਸ ਵੀ ਹੋਣਾ, ਪਿੰਡ 'ਚ ਦਰਖਤ ਲਗਾਏ ਜਾ ਸਕਦੇ, ਤਾਂ ਹੀ ਮੈਂ ਕਹਿੰਦਾ। ਸੋ ਜਦ ਤੱਕ ਤੁਸੀਂ ਜੇ ਪਿੰਡ ਦਾ, ਪੰਜਾਬ ਦਾ ਪਿੰਡ ਨਹੀਂ ਬਚੇਗਾ, ਪੰਜਾਬ ਦੇ ਪਿੰਡਾਂ ਦੀ ਜੋ ਅੱਜ ਹਾਲਤ ਹੋ ਗਈ ਹੈ, ਸਿੱਖਿਆ ਦੀ, ਸਿਹਤ ਦੀ, ਰੁਜ਼ਗਾਰ ਦੀ, ਉਹਨਾਂ ਦੇ ਘਰਾਂ ਦੀ, ਪੀਣ ਦੇ ਪਾਣੀ ਦੀ, ਪੰਜਾਬ ਦੇ ਵਿੱਚ ਆ ਪਿਛਲੇ ਮਹੀਨੇ ਦੀ ਰਿਪੋਰਟ ਹੈ, 54,000 ਮਰੀਜ਼ ਕਦੇ ਕਾਲੇ ਪੀਲੀਏ ਦਾ ਨਿਕਲਿਆ ਆ, 54,000। ਇਹ ਬਹੁਤ ਸੀਰੀਅਸ ਮੈਟਰ ਹੈ, ਜੇ ਇਹ ਪੋਲੀਟੀਕਲ ਪਾਰਟੀਆਂ ਨਹੀਂ ਦੇਖਣਗੀਆਂ ਦੋਨੇ, ਉਹ ਜਿਵੇਂ ਕਿਹਾ ਜਾ ਜਿੰਨੇ ਕੱਢ ਰਹੀਆਂ ਨੇ, ਜਿਹੜਾ ਕਿ ਇੱਕ ਵਾਰੀ ਉਹ ਤੋਂ ਘੜੇ 'ਚੋਂ ਕੱਢ ਤਾਂ ਲੈਣਗੀਆਂ, ਉਹਨੂੰ ਪਾਉਣਾ ਔਖਾ ਹੋ, ਪਾਉਣਾ ਔਖਾ ਹੋ। 17 ਤੋਂ ਲਾਸਟ ਕਮੈਂਟ ਫਟਾਫਟ, ਪੰਜਾਬ ਦੀ ਅਣਖ 'ਤੇ ਵਾਰ ਕੀਤਾ ਜਾ ਰਿਹਾ। ਦੇਖੋ ਜੀ, ਜਿਹੜੀ ਅਣਖ 'ਤੇ ਵਾਰ ਕਰਦੀ, ਮੇਰਾ ਪਿੰਡ ਦਾ ਹੁਣ ਇਸ ਸਮੇਂ ਥੋੜ੍ਹਾ ਠੀਕ ਹੈ, ਮੇਰੇ ਪਿੰਡ ਦੇ ਨੌਜਵਾਨਾਂ ਨੇ ਫੈਸਲਾ ਲਿਆ ਕਿ ਜਿਹੜੇ ਪੁਰਾਣੇ ਲੋਕ ਹੈ, ਜਿਹੜੇ ਨਸ਼ੇ ਬਣਦੇ ਹੈ, ਲੋਕਾਂ ਨੂੰ ਪ੍ਰਭਾਵਿਤ ਕਰਦੇ ਹੈ, ਉਹਨਾਂ ਦੇ ਘਰ ਦੇ ਪੈਰੇ ਲਗਾ ਦਿੱਤੇ ਅਸੀਂ, ਸੋਸ਼ਲ ਮੀਡੀਆ ਦਾ ਜ਼ਮਾਨਾ ਹੈ, ਇਨਾਮ ਰੱਖਤਾ ਵੀ ਜੇ ਇਹ ਦੋਨੋਂ ਪਾਰਟੀਆਂ ਦੇ ਕੈਂਡੀਡੇਟ ਕੋਈ ਸ਼ਰਾਬ, ਕੋਈ ਨਸ਼ਾ, ਕੋਈ ਇੱਦਾਂ ਵੰਡਣਗੇ ਤਾਂ ਅਸੀਂ ਉਹਨੂੰ ਨੰਗੇ ਕਰਾਂਗੇ, ਅਤੇ ਮੇਰੇ ਪਿੰਡ ਦੇ ਲੋਕ ਖੁਸ਼ ਹੈ ਕਿ ਹੁਣ ਸਾਡਾ 1,00,000 ਰੁਪਇਆ ਚੋਣਾਂ 'ਤੇ ਨਹੀਂ ਲੱਗਣਾ। ਚਲੋ, ਬਹੁਤ ਬਹੁਤ ਧੰਨਵਾਦ ਤੁਹਾਡਾ, ਸਾਰੇ ਮਹਿਮਾਨਾਂ ਦਾ, ਡਾਕਟਰ ਗਰਗ ਤੁਹਾਡਾ, ਡਾਕਟਰ ਸੰਧੂ ਤੁਹਾਡਾ, ਪ੍ਰਸਮਜੀਤ ਸਿੰਘ ਤੁਹਾਡਾ, ਬਹੁਤ ਧੰਨਵਾਦ, ਨਰਿੰਦਰ ਸਿੰਘ ਆਖਰੀ ਤੁਹਾਡਾ, ਬਹੁਤ ਧੰਨਵਾਦ, ਸਤਨਾਮ ਦਾ ਤੁਹਾਡਾ ਬਹੁਤ ਧੰਨਵਾਦ। ਅਸੀਂ ਸਵਾਲ ਪੁੱਛਿਆ ਸੀ, ਸਰਬਸੰਮਤੀ ਵਾਲੀਆਂ ਪੰਚਾਇਤਾਂ ਦੇ ਹੁਕਮੇ ਲੋਕਤੰਤਰ ਦਾ ਸਭ ਤੋਂ ਵੱਡਾ ਕਾਤਲ ਕੌਣ ਹੈ? ਤੁਹਾਨੂੰ ਸਾਰਾ ਕੁਝ ਸਮਝ ਆ ਜਾਵੇਗਾ, ਪਰ ਇਹ ਸਮਝਣਾ ਜ਼ਰੂਰੀ ਹੈਗਾ, ਤੁਹਾਡੀ ਅਣਖ 'ਤੇ ਕੋਈ ਵਾਰ ਕਰ ਰਿਹਾ ਹੈਗਾ, ਜੇ ਅਣਖ ਪੰਜਾਬੀ ਦੀ ਮਰ ਗਈ ਫਿਰ ਪੰਜਾਬ ਖਤਮ ਹੋ ਜਾਵੇਗਾ। ਅਣਖ ਜਿਉਂਦੀ ਰੱਖਦੀ ਹੈ ਤਾਂ ਇਹਨਾਂ ਤੋਂ ਸਵਾਲ ਪੁੱਛਣੇ ਸ਼ੁਰੂ ਕਰ ਦਿਓ, ਜੇ ਸਵਾਲ ਨਹੀਂ ਪੁੱਛੋਗੇ ਤਾਂ ਫਿਰ ਤੁਹਾਡੇ ਨਾਲ ਅੱਗੇ ਇਹਨਾਂ ਨੇ ਵਿਕਾਸ ਦੀ ਅਤੇ ਮੁੱਦਿਆਂ ਦਾ ਕੋਈ ਜ਼ਿਕਰ ਨਹੀਂ ਕਰਨਾ ਗਾ, ਸਿਰਫ ਇਹੀ ਕਰਨਗੇ ਕਿ ਉਹਨੇ ਸਾਡਾ ਸਿਰ ਪਾੜਤਾ, ਉਹਨੇ ਤੁਹਾਡਾ ਸਿਰ ਪਾੜਤਾ। ਸਿਰ ਪਾੜਨ ਵਾਲੀ ਸਿਆਸਤ ਨੂੰ ਬਾਏ ਬਾਏ ਕਰ ਦਿਓ, ਅਤੇ ਆਪਦੇ ਦਰਵਾਜ਼ੇ ਬੰਦ ਕਰ ਦਿਓ ਉਸ ਸਿਆਸਤ ਦੇ ਲਈ, ਅਤੇ ਸੋਚ ਸਮਝ ਕੇ ਵੋਟ ਪਾਈਓ। ਜਿਹੜੇ ਦਾਰੂ ਵੰਡਦੇ ਆ ਉਹਨਾਂ ਨੂੰ ਵੋਟ ਨਹੀਂ ਪਾਉਣੀ, ਅਤੇ ਜ਼ਮੀਰ ਆਪਦਾ ਵੀ ਬਚਾ ਕੇ ਰੱਖਿਓ। ਤੁਹਾਡੇ ਜ਼ਮੀਰ ਖਰੀਦਣ ਵਾਲੇ ਪਿੰਡ ਪਿੰਡ ਫਿਰਦੇ ਆ। ਬਹੁਤ ਧੰਨਵਾਦ।